पी एस टैट का दो हज़ार इक्कीयस ईयर टैसट जो एग्जाम जो है क्वेश्चन ने इंपोर्टेंट क्यों है इस बार क्यों है दो हज़ार चौबीस क्योंकि पंजाब स्कूल एजुकेशन बोर्ड द्वारा ये एग्जाम लिया गया सी उस तो बाद गुरु नानक देव यूनीवर्सिटी द्वारा तेई का लिया गया दैट इज़ वाई इक्की वाला जोड़ा एग्जाम लिया गया पंजाब स्कूल एजुकेशन बोर्ड द्वारा लिया गया है और 2024 ਦਾ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਹੀ ਸੈੱਟ ਕੀਤਾ ਜਾਵੇਗਾ ਸੋ ਪ੍ਰੋਬੈਬਿਲਟੀ ਹੈ ਕਿ ਪੇਪਰ ਸੈਟਰ ਜਿਹੜੇ ਆ ਉਹ ਸਿਮਿਲਰ ਸੇਮ ਸੇਮ ਥਿੰਕਿੰਗ ਦੇ ਹੋ ਸਕਦੇ ਨੇ ਉਹ ਕਿਸ ਤਰ੍ਹਾਂ ਕੁਐਸਚਨ ਚੱਕਦੇ ਨੇ ਉਹਨਾਂ ਕੁਐਸਚਨ ਨੂੰ ਤੇ ਨਾਲ ਉਹਨਾਂ ਦੇ ਐਸੋਸੀਏਟਡ টারਮਸ ਜਾਂ ਨਾਰਮਲੀ ਫ੍ਰੀਕੁਐਂਟਲੀ ਆਸਕਡ ਕੁਐਸਚਨ ਜਿਹੜੇ ਕਿਸੇ ਨਾ ਕਿਸੇ ਸਟੇਟ ਜਾਂ ਸੈਂਟਰ ਦੇ ਟਟ ਵਿੱਚ ਪੁੱਛੇ ਜਾਂਦੇ ਨੇ ਉਹ ਟਰਮ ਨਾਲ-ਨਾਲ ਕਲੀਅਰ ਕਰਾਂਗੇ ਫੋਰ ਐਗਜ਼ਾਮਪਲ ਇੱਕ ਐਮਸੀਕਿਊ ਕਰਦੇ ਹਾਂ ਤਾਂ ਉਹਦੇ ਨਾਲ ਰਿਲੇਟਡ ਪੰਜਕ ਹੋਰ ਐਮਸੀਕਿਊ ਜਿਹੜੇ ਨੇ ਤੁਹਾਡੇ ਸੋਲਵ ਹੋ ਸਕਦੇ ਨੇ ਕੁਐਸਚਨ ਦੇਖਦੇ ਹਾਂ ਸਭ ਤੋਂ ਪਹਿਲਾਂ ਇਹ ਕੀ ਹੈ ਹੂ ਅਮੰਗ ਅਵ ਦਾ ਫੋਲੋਇੰਗ ਸਪੋਰਟਡ ਚਾਈਲਡ ਸੈਂਟਰਡ ਐਜੂਕੇਸ਼ਨ ਅੱਛਾ ਇਹ ਉਹਨਾਂ ਲਈ ਜ਼ਿਆਦਾ ਜ਼ਰੂਰੀ ਹੈ ਜਿਹੜੇ ਪਹਿਲੀ ਵਾਰ ਜਾਂ ਘੱਟ ਤਿਆਰੀ ਨਾਲ ਐਗਜ਼ਾਮ ਦੇਣਾ ਚਾਹੁੰਦੇ ਨੇ ਉਹ ਸਿੰਪਲ ਇਸ ਤਰ੍ਹਾਂ ਨਾਲ-ਨਾਲ ਰਿਲੇਟਡ ਕਨਸੈਪਟ ਕਲੀਅਰ ਸਕਦੇ ਹੈਟ ਲਿਖਿਆ ਵਿੱਚ ਕਿਸ ਨੇ ਬਾਲ ਕੇਂਦ੍ਰਿਤ ਸਿੱਖਿਆ ਦਾ ਸਮਰਥਨ ਕੀਤਾ ਸੀ ਅ ਐਰਿਕ ਐਰਿਕਸਨ ਹੈ ਦੇਖੋ ਨਾਲ-ਨਾਲ ਯਾਦ ਕਰਨ ਦਾ ਕਿਉਂਕਿ ਇਹ ਸ਼ਬਦ ਤਾਂ ਬਾਰ-ਬਾਰ ਸੁਣਨ ਨੂੰ ਮਿਲਨੇ ਆ ਐਰਿਕਸਨ ਦਾ ਸ ਜਿਹੜਾ ਹੈ ਯਾਦ ਰੱਖਣਾ ਹੈ ਉਸ ਦੀ ਸਾਈਕੋਸੋਸ਼ਲ ਥਿਊਰੀ ਹੈ ਅ ਇਹ ਯਾਦ ਰਹਿ ਗਿਆ ਸਕਿਨਰ ਦਾ ਆਰ ਯਾਦ ਰੱਖਿਆ ਕਿ ਉਸ ਦੀ ਰੀ ਇਨਫੋਰਸਮੈਂਟ ਥਿਊਰੀ ਹੈ ਜਾਂ ਰੀ ਇਨਫੋਰਸਮੈਂਟ ਤੇ ਉਹ ਸਭ ਤੋਂ ਜ਼ਿਆਦਾ ਜ਼ੋਰ ਦਿੰਦਾ ਹੈ ਰੀ ਇਨਫੋਰਸਮੈਂਟ ਦਾ ਮਤਲਬ ਹੈ ਕੋਈ ਵੀ ਸਟਿਮੂਲਸ ਦੇਣਾ ਜਾਂ ਰਿਮੂਵ ਕਰਨਾ ਜਿਹੜਾ ਬੱਚੇ ਨੂੰ ਜਾਂ ਤਾਂ ਕੰਮ ਕਰਨ ਵਿੱਚ ਆਨੰਦ ਦੇਵੇ ਜਿਸ ਨਾਲ ਉਹ ਵਿਵਹਾਰ ਨੂੰ ਦੁਹਰਾਉਂਦਾ ਹੈ ਫਾਰ ਇਗਜ਼ਾਮਪਲ ਟੌਫੀ ਦਿੰਦੇ ਹਾਂ ਟੌਫੀ ਲੈਣ ਲਈ ਉਹ ਫਿਰ A ਫਾਰ ਐਪਲ ਲਿਖਦਾ ਹੈ ਸੋ ਉਹ ਰੀ ਇਨਫੋਰਸਰ ਹੈ ਟੌਫੀ ਵੀ ਇਗਜ਼ਾਮਪਲ ਇੱਥੇ ਚਾਰਲਸ ਡਾਰਵਿਨ ਦਾ এডਿਕੇਸ਼ਨਲਿਸ ਵਿੱਚ ਨਾਮ ਨਹੀਂ ਆਉਂਦਾ ਇਸ ਲਈ ਅਸੀਂ ਇੱਥੇ ਕੱਢ ਰਹੇ ਹਾਂ ਸੋ ਆਨਸਰ ਬਚ ਰਿਹਾ ਹੈ ਜான் ਡੇਵੀ ਜੋਨ ਡੇਵੀ ਦੀ ਈ ਤੋਂ ਤੁਸੀਂ ਉਹਦੀ ਐਕਸਪੀਰੀਐਂਸ਼ੀਅਲ ਲਰਨਿੰਗ ਨੂੰ ਲਰਨ ਰੱਖ ਸਕਦੇ ਹਾਂ ਕਿਉਂਕਿ ਇਹ ਵੀ ਪੁੱਛਿਆ ਜਾ ਸਕਦਾ ਹੈ ਹੇਠିକਿਆਂ ਵਿੱਚੋਂ ਐਕਸਪੀਰੀਐਂਸ਼ੀਅਲ ਲਰਨਿੰਗ ਕਿਸ ਨੇ ਸੁਜੈਸਟ ਕੀਤੀ ਸੀ ਦੇਖੋ ਚਾਈਲਡ ਸੈਂਟਰਡ ਐਜੂਕੇਸ਼ਨ ਸਾਰੀ ਹੀ ਉਸ ਦਾ ਕੈਰੈਕਟਿਸਟਿਕਸ ਇੱਕ ਮੇਨ ਕੀ ਹੈ ਕਿ ਐਕਸਪੀਰੀਐਂਸ ਰੀਅਲ ਦਿੱਤਾ ਜਾਵੇ ਰੀਅਲ ਸਿਚੁਏਸ਼ਨ ਚ ਦਿੱਤਾ ਜਾਵੇ ਉਸ ਤੇ ਰਿਫਲੈਕਟ ਕਰਾਇਆ ਜਾਵੇ ਰਿਫਲੈਕਟ ਦਾ ਮਤਲਬ ਹੈ ਕਿ ਬੱਚੇ ਨੂੰ ਸੋਚਣ ਲਈ ਕਿਹਾ ਜਾਵੇ ਕਿ ਤੂੰ ਇਹ ਐਕਸਪੀਰੀਐਂਸ ਸਾਈਕਲ ਚਲਾ ਰਿਹਾ ਹਾਂ ਇਸ ਦੇ ਚਲਾਉਂਦੇ ਸਮੇਂ ਕਿਹੜੀਆਂ ਗਲਤੀਆਂ ਕੀਤੀਆਂ ਕਿਹੜੀਆਂ ਮਿੱਟੀ ਵਿੱਚ ਕੁਝ ਪ੍ਰੋਜੈਕਟ ਹੈ ਮਿੱਟੀ ਵਿੱਚ ਦਾ ਬਣਾ ਰਹੇ ਆ ਕੋਈ ਮਸ਼ੀਨ ਨੂੰ ਜੋੜ ਰਹੇ ਆ ਉਹ ਉਸ ਤੇ ਸੋਚਣ ਲਈ ਜਦੋਂ ਕਿਹਾ ਜਾਂਦਾ ਹੈ ਉਹ ਰਿਫਲੈਕਸ਼ਨ ਹੈ ਸੋ ਐਕਸਪੀਰੀਅੰਸ ਸੈਂਟਰ ਹੈ ਲੇਕਿਨ ਜான் ਡੀ ਵਿਨਸ ਹੋਰ ਥੋੜਾ ਜ਼ਿਆਦਾ ਜੋੜ ਦਿੱਤਾ ਜਾਂਦਾ ਹੈ ਦੂਸਰਾ ਜਿਹੜਾ ਕੌਬ ਇੱਕ ਨਾਮ ਹੈ ਜਿਸ ਨੇ ਐਕਸਪੀਰੀਐਂਸ਼ੀਅਲ ਲਰਨਿੰਗ ਦਾ ਮਾਡਲ ਦਿੱਤਾ ਸੀ ਉਸ ਨਾਲ ਪੂਰਾ ਚਾਰ ਸਟੈਪਸ ਨੇ ਉਹਦੇ ਵੱਖਰੇ ਤੌਰ ਤੇ ਉਸ ਤੇ ਕੁਐਸਚਨ ਵੀ ਪੁੱਛੇ ਜਾਂਦੇ ਨੇ ਸੋ ਇੰਨੀ ਡਿਟੇਲ ਇੱਥੇ ਨਹੀਂ ਜਾਵਾਂਗੇ ਹਾਂ ਚਾਈਲਡ ਸੈਂਟਰਡ ਅਪਰੋਚ ਨਾਲ ਸੰਬੰਧਿਤ ਹੋਰ ਕੁਐਸਚਨ ਕਿਹੜੇ ਆ ਸਕਦੇ ਨੇ ਉਹ ਦੇਖ ਲੈਣੇ ਆ ਚਾਈਲਡ ਸੈਂਟਰਡ ਐਜੂਕੇਸ਼ਨ ਹੁੰਦੀ ਕੀ ਹੈ ਇਸ ਦਾ ਫੋਕਸ ਕੀ ਹੈ ਦੋ ਤਿੰਨ ਸ਼ਬਦ ਨੇ ਜਿਹੜੇ ਜ਼ਿਆਦਾ ਇਹਦੇ ਵਿੱਚ ਰਿਪੀਟ ਹੁੰਦੇ ਨੇ ਬੱਚੇ ਦੀਆਂ ਲਰਨਰ ਦੀਆਂ ਲੋੜਾਂ ਜ਼ਰੂਰਤਾਂ ਹਨਾ ਉਹਦੀਆਂ ਰੁਚੀਆਂ ਇੰਟਰਸਟ ਉਸਦੇ ਆ ਮੋਡਲੀਆਂ ਯੋਗਤਾਵਾਂ ਜਿਹੜੀਆਂ ਦੀਆਂ ਟੀਚਰ ਜਾਂ ਐਜੂਕੇਸ਼ਨ ਸਿਸਟਮ ਉਹਨਾਂ ਤੇ ਜ਼ਿਆਦਾ ਜ਼ੋਰ ਦਿੰਦਾ ਹੈ ਫਾਰ ਇਕਜ਼ੈਂਪਲ ਤਾਰੇ ਜ਼ਮੀਂ ਪਰ ਉਸਦੀ ਨੇਚਰਲ ਐਬਿਲਿਟੀ ਸੀ ਕੋ ਪੇਂਟਿੰਗ ਇਸ਼ਾਨ ਅੱਛਾ ਕਰ ਸਕਦਾ ਸੀ ਤਾਂ ਇੱਕ ਟੀਚਰ ਜਿਹੜਾ ਸੀ ਉਹ ਪੇਂਟਿੰਗ ਤੇ ਜ਼ਿਆਦਾ ਜ਼ੋਰ ਦਿੰਦਾ ਉਸ ਨੂੰ ਐਕਸਪੀਰੀਅੰਸ ਦਿੰਦਾ ਹੈ ਉਸਦੇ ਇੰਟਰਸਟ ਦਾ ਖਿਆਲ ਰੱਖਦਾ ਹੈ ਸੋ ਉਹ ਚਾਈਲਡ ਸੈਂਟਰਡ ਐਜੂਕੇਸ਼ਨ ਦੇ ਇਕਜ਼ੈਂਪਲ ਬਣ ਜਾਂਦੀ ਹੈ ਜੀਨ ਪਿਆਜੇ ਚਾਈਲਡ ਸੈਂਟਰਡ ਐਜੂਕੇਸ਼ਨ ਦਾ ਮੇਨ ਹੈ ਇਹਨਾਂ ਨਾਲ ਰਿਲੇਟਡ ਜ਼ਿਆਦਾ ਕੁਐਸਚਨ ਤਾਂ ਆਉਂਦੇ ਨੇ ਉਹ ਵੱਖਰੇ ਤੌਰ ਤੇ ਕਰਾਂਗੇ ਆ ਇੱਥੇ ਸਿਰਫ ਹੈ ਐਕਟਿਵ ਐਕਸਪਲੋਰੇਸ਼ਨ ਐਕਟਿਵ ਸ਼ਬਦ ਜਿਹੜਾ ਜੁੜਦਾ ਹੈ ਵਾਈਗਾਸਕੀ ਤੇ ਪਿਆਜੇ ਨਾਲ ਲੇਕਿਨ ਸਭ ਤੋਂ ਨੰਬਰ 1 ਕੇ ਜਿਸ ਨੇ ਕਿਹਾ ਸੀ ਕਿ ਲਰਨਰ ਬਹੁਤ ਐਕਟਿਵ ਹੈ ਇਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਸੀ ਲਿਟਲ ਸਾਇੰਟਿਸਟ ਜਿਹੜੇ ਨੇ ਲਰਨਰ ਨੇ ਛੋਟੇ ਬੱਚੇ ਨੇ ਲਿਟਲ ਸਾਇੰਟਿਸਟ ਉਹਨਾਂ ਨੇ ਕਿਹਾ ਸੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਜਿਵੇਂ ਅਕਟਿਵ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਫਿਜ਼ੀਕਲੀ ਐਕਟਿਵ ਹੈ ਸਰੀਰਕ ਤੌਰ ਤੇ ਐਕਟਿਵ ਹੈ ਮੈਂਟਲੀ ਐਕਟਿਵ ਹੈ ਇਮੋਸ਼ਨਲੀ ਐਕਟਿਵ ਹੈ ਬੱਚਾ ਸੋਚਦਾ ਹੈ ਕਰਦਾ ਹੈ ਖੁਦ ਉਹ ਆਪਣੀ ਨੋਲਿਜ ਡਿਵੈਲਪ ਕਰਦਾ ਹੈ ਇਹ ਇਨਾਂ ਨੇ ਕਿਹਾ ਸੀ ਮਰੀਆ ਮੋਂਟੈਸਰੀ ਦਾ ਐਸ ਯਾਦ ਰੱਖ ਸਕਤੇ ਹਾਂ ਐਸ ਐਸ ਆ ਰਿਹਾ ਹੈ ਸੈਲਫ ਡਾਇਰੈਕਟਡ ਲਰਨਿੰਗ ਇਹ ਯਾਦ ਰੱਖਿਆ ਜਾ ਸਕਦਾ ਹੈ ਇਹਨਾਂ ਤੇ ਕੁਐਸਚਨ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕਿ ਸੈਲਫ ਡਾਇਰੈਕਟਡ ਲਰਨਿੰਗ ਕਿਹਨਾਂ ਨੇ ਸਪੋਰਟ ਕੀਤਾ ਹੈ ਨਾ ਜੌਨ ਡੇਵੀ ਐਕਸਪੀਰੀਅੰਸ ਲਰਨਿੰਗ ਅਸੀਂ ਗੱਲ ਕਰ ਰਹੇ ਹਾਂ ਪਿੱਛੇ ਲੇ ਵੈਗੋਸਕੀ ਦਾ ਨੋਰਮਲ ਕਨਸੈਪਟ ਪੁੱਛਿਆ ਜਾਂਦਾ ਹੈ ਜ਼ੈਡ ਪੀਡੀ ਜ਼ੈਡ ਪੀਟੀ ਕੀ ਹੈ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਜ਼ੋਨ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ ਆਫ ਪ੍ਰੋਕਸੀਮਲ ਡਿਵੈਲਪਮੈਂਟ ਹੁਣ ਪ੍ਰੋਕਸੀਮਲ ਜਿਹੜਾ ਇਸ ਚ ਸਭ ਤੋਂ ਅਜੀਬ ਆਡ ਜਿਹੜਾ ਹੈ ਵਰਡ ਹੈ ਇਸ ਦਾ ਮਤਲਬ ਹੈ ਪੋਟੈਂਸ਼ੀਅਲ ਪੋਟੈਂਸ਼ੀਅਲ ਬੱਚੇ ਦੀ ਉਹ ਕਾਬਲੀਅਤ ਜਿਹੜੀ ਜਿਸ ਨੂੰ ਡਿਵੈਲਪ ਕੀਤਾ ਜਾ ਸਕਦਾ ਹੈ ਬੱਚੇ ਦੀ ਜਿਹੜੀ ਉਹ ਕਾਬਲੀਅਤ ਹੈ ਉਸ ਨੂੰ ਡਿਵੈਲਪ ਕਰਨ ਲਈ ਜਦੋਂ ਅਸਿਸਟੈਂਸ ਦੀ ਏ ਫਾਰ ਅਸਿਸਟੈਂਸ ਅਸਿਸਟੈਂਸ ਸੋ ਜ਼ੈਡ ਪੀਡੀ ਦਾ ਸੈਂਟਰਲ ਆਈਡੀਆ ਕੀ ਹੈ ਉਹ ਕੋਈ ਵੀ ਕੰਮ ਜਿਹੜਾ ਅਸਿਸਟੈਂਸ ਨਾਲ ਜਾਂ ਹੈਲਪ ਨਾਲ ਸੋਸ਼ਲ ਪਰਸਨ ਦੀ ਹੈਲਪ ਨਾਲ ਬੱਚਾ ਕੀ ਹੈ ਲਰਨ ਕਰ ਸਕੇ ਉਸ ਨੂੰ ਜ਼ेडਪੀਡੀ ਕਿਹਾ ਜਾਂਦਾ ਹੈ Karl Rogers ਹੈ ਚਾਈਲਡ ਲਰਨਰ ਸੈਂਟਰ ਜਾਂ ਜਿਹੜੇ ਇਹਨਾਂ ਨੇ ਕਾਉਂਸਲਿੰਗ ਵੀ ਦਿੱਤੀ ਸੀ ਇਹਨਾਂ ਨੇ ਕਿਹਾ ਸੀ ਅਨਕੰਡੀਸ਼ਨਲ ਲਵ ਇਹ ਸ਼ਬਦ ਪੁੱਛਿਆ ਜਾ ਸਕਦਾ ਹੈ ਅਨਕੰਡੀਸ਼ਨਲ ਰਿਗਾਰਡ ਇੱਥੇ ਹੈ ਐਮਪੈਥੀ ਤੇ ਰਿਸਪੈਕਟ ਕਿ ਬੱਚੇ ਦੀ ਰਿਸਪੈਕਟ ਕਰਨੀ ਹੈ ਉਸ ਦੀ ਇੰਡੀਵਿਜੂਅਲਿਟੀ ਦੀ ਉਸ ਇੰਟਰਸਟ ਦੀ ਔਰ ਜਿਹੜਾ ਉਸ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਇਹ ਜਿਹੜੀਆਂ ਗੱਲਾਂ ਕੀਤੀਆਂ ਹੈ ਪੌਲ ਫਰਾਰੇ ਇਹਨਾਂ ਤੇ ਕੁਐਸਚਨ ਬੜੀ ਵਾਰ ਪੁੱਛਿਆ ਗਿਆ ਹੈ ਉਹ ਕੋਈ ਆਈਟਮ ਕਿਹੜੀ ਹੈ ਕ੍ਰਿਟੀਕਲ ਪੈਡਾਗੋਜੀ ਕਿਹਦੇ ਨੇ ਕਿਹਨੇ ਦਿੱਤੀ ਫੌਲ ਫਰਾਰੇ ਇਹਨਾਂ ਦੀ ਕਹਾਣੀ ਜਿਹੜੀ ਗੰਨੇ ਦੇ ਖੇਤ ਵਿੱਚ ਇਹਨਾਂ ਨੇ ਕਿਵੇਂ ਕਿਸਾਨਾਂ 500 ਕਿਸਾਨਾਂ ਨੂੰ ਊੜਾ ਏੜਾ ਜਾਂ ਮਤਲਬ ਅਲਫਾਬੈਟ ਉਹਨਾਂ ਦੇ ਦੇਸ਼ ਦਾ ਊੜਾ ਏੜਾ ਸਿਖਾਉਣ ਦੇ ਹੋਏ ਉਹਨਾਂ ਨੂੰ ਉਹਨਾਂ ਨਾਲ ਹੋਰੇ ਸ਼ੋਸ਼ਣ ਤੋਂ ਜਾਗਰਿਤ ਕਰ ਦਿੱਤਾ ਉਹ ਕਹਿੰਦੇ ਸਿਰਫ ਊੜਾ ਐੜਾ ਜਾਂ ਏ ਬੀ ਸੀ ਡੀ ਸਿਖਾਉਣੀ ਉਹਨਾਂ ਦੇ ਵਿਚਾਰ ਅੰਦਰ ਇਦਾਂ ਦੇ ਪਰਦੇ ਨਹੀਂ ਕਿ ਤੁਹਾਡੇ ਨਾਲ ਰਾਈਟ ਹੋ ਰਿਹਾ ਹੈ ਜਾਂ ਰੋਂਗ ਹੋ ਰਿਹਾ ਹੈ ਸੋ ਇਨੀ ਕ੍ਰਾਂਤੀਕਾਰੀ ਲਿਟਰੇਰੀ ਮੂਵਮੈਂਟ ਕ੍ਰਿਟੀਕਲ ਪੈਡਾਗੋਜੀ ਮਾਰਕਸਿਜ਼ਮ ਨਾਲੇ ਜੁੜਦੇ ਨੇ ਔਰ ਕਨਸਟਰਕਟਿਵਿਜ਼ਮ ਨਾਲ ਜੁੜਦੇ ਨੇ ਸੋ ਇਹਨਾਂ ਦਾ ਮੇਨ ਜਿਹੜਾ ਹੈ ਟ੍ਰੈਡੀਸ਼ਨਲ ਐਜੂਕੇਸ਼ਨ ਸਿਸਟਮ ਦਾ ਇਹਨਾਂ ਨੇ ਵਿਰੋਧ ਕੀਤਾ ਸੀ ਸੋ ਪਹਿਲਾ ਕੁਐਸਚਨ ਹੈ ਜਿਸ ਨਾਲ ਰਿਲੇਟਡ ਇਹ ਹੋਰ ਕੁਐਸਚਨ ਬਣਦੇ ਸੀ ਅੱਗੇ ਚੱਲਦੇ ਹਾਂ ਹੂ ਕਾਈਨ ਦਾ ਟਰਮ ਆਈਕਿਊ ਨ ਰਿਪੀਟਡਲੀ ਕੁਐਸਚਨ ਇਹ ਪੁੱਛਿਆ ਜਾਂਦਾ ਹੈ ਆਈਕਿਊ ਨਾਲ ਰਿਲੇਟਡ ਅਸੀਂ ਜਿਹੜੇ ਨੇ ਅੱਜ ਕੋ ਫਰਾਇਡ ਇਸ ਨੂੰ ਜੇ ਕਰਨਾ ਹੈ ਇਹ ਕੁਐਸਚਨ ਨੂੰ ਕਿੱਦਾਂ ਕੀਤਾ ਜਾ ਸਕਦਾ ਹੈ ਫਰਾਇਡ ਜਿਹੜਾ ਜਿਸ ਨੂੰ ਸਾਈਕੋਲੋਜੀ ਦਾ ਫਾਦਰ ਮੰਨਿਆ ਜਾਂਦਾ ਹੈ ਇਟ ਇਗੋ ਸੁਪਰਈਗੋ ਦੇ ਕਨਸੈਪਟ ਦਿੱਤੇ ਕੌਂਸ਼ੀਅਸ ਅਨਕੌਂਸ਼ੀਅਸ ਸਬਕੌਂਸ਼ੀਅਸ ਨੇ ਹੈਨਾ ਕਨਸੈਪਟ ਦਿੱਤੇ ਅ ਦੇਖੋ ਫਿਰ ਐਰਿਕਸਨ ਇੱਥੇ ਪਾ ਦਿੱਤਾ ਹੈ ਇੱਥੇ ਗੱਲਾਂ ਕਰਾਏ ਹਨ ਸੋਸ਼ਲ ਐ ਐਰਿਕਸਨ ਦੇ ਸਾਈਕੋਸੋਸ਼ਲ ਥਿਊਰੀ ਇਹਨਾਂ ਦੀ ਰੀਇਨਫੋਰਸਮੈਂਟ ਲਰਨਿੰਗ ਥਿਊਰੀ ਔਰ ਬਚ ਗਿਆ ਵਿਲੀਅਮ ਸਟਰਨ ਹੈਨਾ ਸੋ ਵਿਲੀਅਮ ਸਟਰਨ ਨੇ ਆਈਕਿਊ ਵਿਲੀਅਮ ਈ ਵਿਲੀਅਮ ਦਾ ਆਈਕਿਊ ਅਸੀਂ ਇਦਾਂ ਜੋੜ ਕੇ ਯਾਦ ਰੱਖ ਲਿਆ ਲੇਕਿਨ ਇਸ ਨਾਲ ਸੰਬੰਧਿਤ ਹੋਰ ਜਿਹੜੇ ਕਨਸੈਪਟ ਨੇ ਉਹ ਆਈਕਿਊ ਨਾਲ ਸਿਰਫ ਰਿਲੇਟਡ ਇੰਟੈਲੀਜੈਂਸ ਨਾ ਤਾਂ ਜ਼ਿਆਦਾ ਹੋ ਸਕਦੇ ਨੇ ਉਹ ਕਿਹੜੇ ਹੋਰ ਕੁਐਸਚਨ ਪੁੱਛੇ ਜਾ ਸਕਦੇ ਨੇ ਤੁਹਾਨੂੰ ਇਹ ਇਸ ਦਾ ਫਾਰਮੂਲਾ ਪੁੱਛਿਆ ਜਾ ਸਕਦਾ ਹੈ ਨਾਰਮਲੀ ਕੀ ਹੈ ਉਹ ਯਾਦ ਕੀ ਰੱਖਣਾ ਹੈ मिनिस्टर ਉੱਪਰ ਹੁੰਦਾ ਹੈ ਜਾਂ ਮਾਈਂਡ ਉੱਪਰ ਹੁੰਦਾ ਹੈ ਹੈਨਾ 멘ਟਲ ਲੈਵਲ ਉੱਪਰ ਹੁੰਦਾ ਹੈ ਥੱਲੇ ਦੂਜੀ ਜਿਹੜੀ ਹੈ ਫਿਜ਼ੀਕਲ ਜਾਂ ਕ੍ਰੋਨੋਲੋਜੀਕਲ ਇੱਥੇ ਕ੍ਰੋਨੋਲੋਜੀਕਲ ਆਣੀ ਹੈ ਐਮ ਸੀ ਇੰਟੂ 100 ਇਹ ਫਾਰਮੂਲਾ ਬਣਨਾ ਹੈ ਯਾਦ ਰੱਖਣ ਦਾ ਸਹੀ ਤਰੀਕਾ ਕਿ ਮਾਈਂਡ ਸਾਡਾ ਉੱਤੇ ਹੁੰਦਾ ਹੈ 멘ਟਲ ਲੈਵਲ ਉੱਤੇ ਹੁੰਦਾ ਹੈ ਦਿਮਾਗ ਉੱਤੇ ਹੁੰਦਾ ਹੈ ਇਹ ਰੱਖਿਆ ਹੈ ਐ ਸੋ ਇਹ ਫਾਰਮੂਲਾ ਪੁੱਛਿਆ ਜਾਂਦਾ ਹੈ ਵਿਲੀਅਮਸਟਨ ਕਾਇੰਡ ਦ ਟਰਮ ਆਈਕਿਊ ਜਿਹੜਾ ਹੁਣ ਪੁੱਛਿਆ ਗਿਆ ਅਲਫਰਡ ਬਿਨੇ ਹੀ ਕੁਐਸਚਨ ਪੁੱਛਿਆ ਜਾਂਦਾ ਹੈ 1905 ਵਿੱਚ ਜੇ ਪੁੱਛਿਆ ਜਾਵੇ ਕਦੋਂ ਪਹਿਲਾ ਇੰਟੈਲੀਜੈਂਸ ਟੈਸਟ ਡਿਵੈਲਪ ਹੋਇਆ 1905 ਵਿੱਚ ਫਾਦਰ ਆਫ ਇੰਟੈਲੀਜੈਂਸ ਟੈਸਟ ਅਲਫਰਡ ਬਿਨੇ ਹੀ ਇਹਨਾਂ ਦਾ ਨਾਮ ਆਏਗਾ ਅ ਲਿਵਿਸ ਟਰਮਨ ਅਸੀਂ ਕਰ ਚੁੱਕੇ ਹਾਂ ਸਟੈਨਫੋਰਡ ਬਿਨੇ ਇੰਟੈਲੀਜੈਂਸ ਟੈਸਟ ਵੈਚਲਰ ਟੈਸਟ ਪੁੱਛਿਆ ਜਾ ਸਕਦਾ ਹੈ ਇਸ ਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਵੈਚਲਰ ਅਡਲਟ ਇੰਟੈਲੀਜੈਂਸ ਟੈਸਟ ਏ ਫਾਰ ਅਡਲਟ ਹੈ ਨਾ ਸਪੀਅਰਮੈਨ ਨਾਲ ਜਿਹੜੀ ਹੈ ਟੂ ਫੈਕਟਰ ਥਿਊਰੀ ਜੁੜਦੀ ਹੈ ਅ ਅੱਗੇ ਜਾ ਕੇ ਥਿਊਰੀਜ਼ ਵੀ ਆਪਾਂ ਕਰਨੀਆਂ ਨੇ ਟੂ ਫੈਕਟਰ ਥਿਊਰੀ ਪਹਿਲਾਂ ਸਿੰਗਲ ਫੈਕਟਰ ਮੰਨਿਆ ਜਾਂਦਾ ਸੀ ਇਹਨਾਂ ਨੇ ਜੀ ਫੈਕਟਰ ਦਿੱਤਾ ਜਨਰਲ और दूसरा नाल करता एस स्पैसीफिक वन स्पैसीफिक टू सो ए इन्हूरी है टू फैक्टर कह रहे जनरल तो स्पैसीफिक फैक्टर थ्यूरी कन्हने दी है पूछा जाता है इंटैलीजेंस की स्पीयरमैन हॉवर्ड गार्डनर द्यूरी फुल वटा फुल है मल्टीपल ये डिटेल्स की जाएगी एवरेज इंटेलीजेंस की है जहाँ एटी फाइव तो टू एक तो वन वन फाइव 115 ਤੇ ਜਾਂ ਕਰ ਲੈਂਦੇ ਹੁੰਦੇ ਆ 90 ਤੋਂ 110 ਦੇ ਵਿਚਕਾਰ ਐਵਰੇਜ ਆਈਕਿਊ ਮੰਨਿਆ ਜਾਂਦਾ ਹੈ ਇਸ ਤੋਂ ਪਲੱਸ ਹੋਈ ਜਾਂਦਾ ਹੈ ਤੇ ਉਹ ਵਧ ਜਾਈਗਾ ਨਾਰਮਲੀ ਗਿਫਟਡ 130 ਜਾਂ 140 ਤੇ ਕਈ ਵਾਰੀ ਜੀਨੀਅਸ ਵੀ ਕਹਿ ਦਿੰਦੇ ਨੇ ਇਹਨਾਂ ਨੂੰ ਇਹ ਗਿਫਟਡ ਚਾਈਲਡ ਹੁੰਦੇ ਨੇ ਓਕੇ ਸੋ ਥੱਲੇ ਇਹ ਡਿਵੀਜ਼ਨ ਬਾਅਦ ਵਿੱਚ ਕਰਾਂਗੇ ਕਿਉਂਕਿ ਡਿਟੇਲ ਚ ਚਲੇ ਗਏ ਫਿਰ ਅੱਛਾ ਫਲਨ ਇਫੈਕਟ ਜਿਹੜਾ ਹੈ ਇਹਤੇ ਕੁਐਸਚਨ ਪੁੱਛੇ ਜਾਂਦੇ ਨੇ ਇਸ ਦਾ ਮਤਲਬ ਹੈ ਯਾਦ ਕਿਦਾਂ ਰੱਖਣਾ ਹੈ ਵੈਸੀ ਤਪੜਿਆ ਜਾ ਸਕਦਾ ਹੈ ਕਿ ਵਧੀਆ ਸਿੱਖਿਆ ਤੇ ਵਾਤਾਵਰਣ ਕਾਰਨ ਸਮੇਂ ਨਾਲ ਆਈਕਿਊ ਸਕੋਰ ਵੱਧਦੇ ਹਨ ਮਤਲਬ ਕਿ ਜੋ ਸਾਡੇ ਤੋਂ 10 ਸਾਲ ਪਹਿਲਾਂ ਜਨਰੇਸ਼ਨ ਸੀ ਹੈ ਨਾ ਮੰਨ ਲਓ ਅੱਜ ਦੀ ਜਨਰੇਸ਼ਨ ਹੈ ਏ ਜਨਰੇਸ਼ਨ 1 ਚੱਲ ਰਹੀ ਹੈ ਅਗਲੇ ਸਾਲ ਫਿਰ ਆਈਕਿਊ ਟੈਸਟ ਲਾਏ ਜਾਂਦੇ ਆ ਤੇ ਦਿਖਿਆ ਜਾਂਦਾ ਹੈ ਕਿ ਪੁਆਇੰਟ ਇਹ ਸੱਚਮੁੱਚ ਰਿਸਰਚ ਦੱਸਿਆ ਹੈ ਪੁਆਇੰਟ 3.3 ਹੈ ਐਵਰੇਜ ਸਕੋਰ ਪਿਛਲੀ ਜਨਰੇਸ਼ਨ ਨਾਲੋਂ ਹੁਣ ਦੀ ਜਨਰੇਸ਼ਨ ਜਾਂ ਅਗਲੇ ਸਾਲ ਜਿਹੜਾ ਹੈ ਉਹ ਉਸੇ ਲੈਵਲ ਦੇ ਬੱਚਿਆਂ ਦਾ ਉਹ ਵਧ ਰਿਹਾ ਹੈ ਸੋ ਉਹਦਾ ਕਾਰਨ ਸਿੱਖਿਆ ਤੇ ਵਾਤਾਵਰਣ ਸਮਝਿਆ ਜਾਂਦਾ ਹੈ ਇੱਕ ਗੱਲ ਦੱਸ ਦਵਾਂ ਕਿ ਆਈਕਿਊ ਵਧ ਰਿਹਾ ਹੈ ਹਨਾ ਬੇਸ਼ੱਕ ਹੁਣ ਅਸੀਂ AI ਜਿਹੜੀ ਹੋਰ ਲੋਏਸਟ ਲੈਵਲ ਆਫ ਇੰਟੈਲੀਜੈਂਸ ਉਸ ਨੂੰ ਜ਼ਿਆਦਾ ਯੂਜ਼ ਕਰਨ ਲੱਪੇ ਹਾਂ ਇਸ ਤੋਂ ਅੱਗੇ ਇਮੋਸ਼ਨਲ ਕੋਸ਼ੈਂਟ ਹੈ ਇਹ ਸਾਡਾ ਥੋੜਾ ਡਾਊਨ ਜਾ ਰਿਹਾ ਹੈ ਲੇਕਿਨ ਸਪਿਰਚੁਅਲ ਕੋਸ਼ੈਂਟ ਹੈ ਇਹ ਸਭ ਤੋਂ ਡਾਊਨ ਜਾ ਰਿਹਾ ਹੈ ਸੋ ਅਸੀਂ ਇਹ ਜਿਹੜੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲ ਦਰਵਾ ਰਹੇ ਹਾਂ ਸਪਿਰਚੁਅਲ ਇੰਟੈਲੀਜੈਂਸ ਤੋਂ ਦੂਰ ਜਾ ਰਹੇ ਹਾਂ ਇਹ ਵੀ ਇੱਕ ਫੈਕਟਰ ਹੈ ਇਹ ਲਾਈਫਲੀ ਇੰਟਰਸਟਿੰਗ ਹੈ ਕਿ ਸਾਨੂੰ ਉਧਰ ਜਾਣਾ ਚਾਹੀਦਾ ਹੈ ਜੇ ਅੱਛਾ ਐਸਕਿਊ ਹੈ ਤਾਂ ਆਈਕਿਊ ਯੂਜ਼ ਕਰ ਸਕਦੇ ਹਾਂ ਅੱਛਾ सो यचन जोड़े रिलेटेड पूछे जा सकते सी uh, अच्छा टू एसैस आई क्यू ऑफ ए परसन फॉलोइंग फॉर्मूला इज़ यूज के इत करोनोलॉजिकल एज मैटल एज है ना मैटल एज हंड्रड ओवर सिर्फ यही देख रहे हैं मैटल एज करो ये एकदम आंसर मिल गया मैंटल एज करोनोलॉजीकल इन टू हंड्रड ए फॉर्मूला है इन्नी गल याद रखनी है uh, तीन क्वेश्चन हो गए साढ़े नैक्सट え4 ਕੁਐਸਚਨ ਹੋ ਗਏ ਓਕੇ ਅਕੋਰਡਿੰਗ ਟੂ ਗਾਰਡਨਰ ਸਪੇਸ਼ੀਅਲ ਇੰਟੈਲੀਜੈਂਸ ਇਜ਼ ਐਗਜ਼ੀਬਿਟਡ ਬਾਈ ਗਾਰਡਨਰ ਦੇ ਅਨਸਾਰ ਸਥਾਨ ਜਦੋਂ ਅਸੀਂ ਨਹੀਂ ਪੜੇ ਸਾਨੂੰ ਕਨਸੈਪਟ ਨਹੀਂ ਪਤਾ ਅਸੀਂ ਉਸ ਨੂੰ ਮੇਨ ਚੀਜ਼ ਨੂੰ ਅੰਡਰਲਾਈਨ ਕਰ ਲੈਣਾ ਹੈ ਇੱਥੇ ਕੀ ਹੈ ਸਥਾਨ ਸਥਾਨ ਸਪੇਸ ਇੱਥੇ ਹੈ ਸਪੇਸ਼ੀਅਲ ਇੰਟੈਲੀਜੈਂਸ ਇਸ ਦੀ ਸਪੇਸ਼ੀਅਲ ਮੀਨ ਸਪੇਸ ਸਥਾਨ ਹੁਣ ਦੇਖਣਾ ਹੈ ਕਿ ਇਹਨਾਂ ਵਿੱਚੋਂ ਕਿਹਨੂੰ ਉਹ ਚਾਹੀਦਾ ਹੈ ਕਿ ਸਿੰਗਰ ਨੂੰ ਚਾਹੀਦਾ ਹੈ ਸਿੰਗਰ ਨੇ ਤਾਂ ਇੱਥੋਂ ਬੋਲਣਾ ਹੈ ਸਪੇਸ ਨੂੰ ਨਹੀਂ ਚਾਹੀਦੀ ਉਸ ਨੂੰ ਆਵਾਜ਼ ਚਾਹੀਦੀ ਹੈ ਫਿਲਾਸਫਰ ਨੂੰ ਥਿੰਕਿੰਗ ਚਾਹੀਦੀ ਹੈ ਇੰਟਰਪਰਸਨਲ ਇੰਟੈਲੀਜੈਂਸ ਚਾਹੀਦੀ ਹੈ ਪੋਏਟ ਨੂੰ ਹੈਨਾ ਇਮੋਸ਼ਨਸ ਦੀ ਅੰਡਰਸਟੈਂਡਿੰਗ ਚਾਹੀਦੀ ਹੈ ਸੋ ਪੇਂਟਰ ਨੇ ਬਣਾਉਣੀ ਹੈ ਪੇਂਟਿੰਗ ਫਾਰ ਐਗਜ਼ਾਮਪਲ ਇੱਕ ਲੜਕਾ ਇਸ ਨੂੰ ਹੁਣ ਮੈਂ ਕੀ ਕਰ ਰਿਹਾ ਮੈਂ ਸਪੇਸ ਨੂੰ ਯੂਜ਼ ਕਰ ਰਿਹਾ ਹਾਂ ਸੋ ਪੇਂਟਰ ਇਜ਼ ਅ ਰਾਈਟ ਆਨਸਰ ਇਸ ਨਾਲ ਸੰਬੰਧਿਤ ਹੋਰ ਕੁਐਸਚਨ ਬਣ ਸਕਦੇ ਆ ਜੇ ਤੁਸੀਂ ਕਰਨੇ ਨੇ ਤਾਂ ਮੈਂ ਦੱਸ ਦਿੰਨਾ ਹਾਂ ਕੁਐਸਚਨ ਹੈ ਮੇਰੇ ਕੋਲ ਕੁਝ ਜਿਹੜੇ ਕਿ ਅਸੀਂ ਕਿਉਂਕਿ ਨਾਰਮਲੀ ਇਹ ਪੁੱਛੇ ਜਾਂਦੇ ਨੇ ਕਿ ਕਿਹੜਾ ਜਿਹੜਾ ਹੈ ਇੱਕ ਕੁਐਸਚਨ ਲੱਗਦਾ ਸੀ ਮਿਸ ਕਰਿਆ ਆ ਉਹ ਦੁਬਾਰਾ ਕਰ ਲੈਂਦੇ ਆ ਕੋਈ ਗੱਲ ਨਹੀਂ ਅੱਛਾ ਹਾਂ ਗਾਰਡਨਰ ਦੀ ਮਲਟੀਪਲ ਇੰਟੈਲੀਜੈਂਸ ਨੂੰ ਯਾਦ ਕਰਨ ਲਈ ਮੈਂ ਵੈਸੇ ਉਹ ਇੱਕ ਨੁਕਤਾ ਵੀ ਦੱਸਦਾ ਹੁੰਨਾ ਹੈ ਖੈਰ ਉਹ ਬੀਐਡ 'ਚ ਤੁਹਾਡੇ ਕੰਮ ਆਏਗਾ ਇੱਥੇ ਨਹੀਂ ਲਿੰਗੁਇਸਟਿਕ ਇੰਟੈਲੀਜੈਂਸ ਈਜ਼ੀ ਹੈ ਜਿੱਥੇ ਲੈਂਗੁਏਜ ਦੀ ਇੰਪੋਰਟੈਂਸ ਜ਼ਿਆਦਾ ਹੈ ਜਿਸ ਨੂੰ ਵਰਡ ਸਮਾਰਟ ਕਵਾਂਗੇ ਵਰਡ ਲੈਂਗੁਏਜ ਨਾਲ ਜੁੜ ਰਹੀ ਹੈ ਹੈ ਨਾ ਭਾਸ਼ਾ ਜਿਹੜਾ ਹੈ ਇਹ ਰੀਡਿੰਗ রাইਟਿੰਗ ਲਿਸਨਿੰਗ ਸਪੀਕਿੰਗ ਇਸ ਦੀ ਵਧੀਆ ਹੋਏਗੀ ਜਿਸ ਦੀ ਸਿੰਪਲ ਸ਼ਬਦਾਂ ਵਿੱਚ ਤੇ ਉਹ ਕਿਹੜੇ ਕਿਹੜੇ ਪ੍ਰੋਫੈਸ਼ਨ ਹੈ ਲੇਖਕ ਨੂੰ ਭਾਸ਼ਾ ਚਾਹੀਦੀ ਕਵੀ ਨੂੰ ਭਾਸ਼ਾ ਚਾਹੀਦੀ ਪੱਤਰਕਾਰਾਂ ਨੂੰ ਭਾਸ਼ਾ ਚਾਹੀਦੀ ਵਕੀਲ ਨੂੰ ਅਸੀਂ ਸੋਚਦੇ ਹਾਂ ਵਕੀਲ ਇਹ ਕੁਐਸਚਨ ਆ ਸਕਦਾ ਹੈ ਕਿਉਂਕਿ ਇਹਨੂੰ ਔਖਾ ਸਮਝਿਆ ਜਾ ਸਕਦਾ ਹੈ ਕਿਉਂਕਿ ਵਕੀਲ ਨੇ ਰੀਡ ਬਹੁਤ ਕਰਨਾ ਹੁੰਦਾ ਹੈ ਤੇ ਉਸਨੇ ਇੰਟਰਪ੍ਰੀਟੇਸ਼ਨ ਉਹ ਜਿਹੜੇ ਸ਼ਬਦ ਨੇ ਕਈ ਵਾਰੀ ਅਸੀਂ ਕਾਨੂੰਨ ਦੇ ਸ਼ਬਦਾਂ ਦੇ ਅਰਥ ਗਲਤ ਕਰ ਲਏ ਨੇ ਇੱਕ ਸ਼ਬਦ ਨਾਲ ਕੇਸ ਹਾਰ ਦੇ ਜਿੱਤ ਵੱਲ ਜਦ ਲੌਜੀਕ ਬਦਲ ਜਾਂਦਾ ਹੈ ਸੋ ਰੀਡਿੰਗ ਉਹਦੀ ਔਰ ਸਪੀਕਿੰਗ ਉਸਨੇ ਦੱਸਣਾ ਹੈ ਲੌਜੀਕ ਰੱਖਣਾ ਹੈ ਲਿਖ ਕੇ ਵੀ ਜਸਟੀਫਾਈ ਕਰਨਾ ਹੈ ਸੋ ਭਾਸ਼ਾ ਉੱਥੇ ਚਾਹੀਦੀ ਹੈ ਲੌਜੀਕਲ ਮੈਥੈਮੈਟਿਕਲ ਹੁਣ ਇੱਥੇ ਲੌਜੀਕ ਵੀ ਹੈ ਮੈਥਸ ਵੀ ਹੈ ਹਨਾ ਸੋ ਉਹ ਜਿਹੜੀਆਂ ਨੰਬਰ ਹੈ ਰੀਜ਼ਨਿੰਗ ਹੈ ਸਮਾਰਟ ਅਬਿਲਿਟੀ ਟੂ ਰੀਜ਼ਨ ਹੈ ਸੋਲਵ ਪ੍ਰੋਬਲਮ ਹੈ ਮੈਥ ਇਹ ਟ੍ਰੈਡੀਸ਼ਨਲ ਇੰਟੈਲੀਜੈਂਸ ਦਾ ਮੇਨ ਪਾਰਟ ਰਿਹਾ ਹੈ ਅੱਛਾ ਕਿਹਨਾਂ ਨੂੰ ਚਾਹੀਦੀ ਹੈ ਸਾਇੰਟਿਸਟ ਹੈ ਮੈਥਮੈਟੀਸ਼ੀਅਨ ਹੈ ਇੰਜੀਨੀਅਰ ਹੈ ਇਹ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੋ ਨੈਕਸਟ ਹੈ ਅ ਸਪੇਸ਼ੀਅਲ ਸਪੇਸ ਰਿਲੇਟਡ ਈਸ਼ਾਨ ਤਾਰੀਜ਼ਮੀ ਪਰ ਪੇਂਟਿੰਗ ਹੁਣ ਅਸੀਂ ਕਰਕੇ ਆਏ ਹਾਂ ਨਾ ਪਿਕਚਰ ਸਮਾਰਟ ਨੂੰ ਕਿਹਾ ਜਾਂਦਾ ਹੈ ਐ ਅਬਿਲਿਟੀ ਟੂ ਵਿਜ਼ੂਅਲਾਈਜ਼ ਇਹ ਮੇਨ ਵਰਡ ਹੈ ਜਿਹੜਾ ਮਿਸ ਕਰ ਜਾਂਦੇ ਆ ਇਸ ਦੀ ਡੈਫੀਨੇਸ਼ਨ ਵਿੱਚ ਕਿ ਉਸ ਦੀ ਚੀਜ਼ਾਂ ਦੀ ਕਲਪਨਾ ਕਰ ਲੈਣਾ ਆ ਅੱਖਾਂ ਬੰਦ ਕਰਕੇ ਉਹਨਾਂ ਨੂੰ ਦੇਖਣਾ ਹੈ ਨਾ ਤੇ ਉਹਨਾਂ ਦੇ ਉਸ ਉਹਦੇ ਵਿੱਚ ਆਬਜੈਕਟ ਨੂੰ ਮੈਨੀਪੂਲੇਟ ਕਰਨਾ ਕਿ ਇਹਦਾ ਇਦਾਂ ਕੀਤਾ ਜਾ ਸਕਦਾ ਹੈ ਇਹਦਾ ਇਦਾਂ ਕੀਤਾ ਜਾ ਸਕਦਾ ਹੈ ਫਾਰ ਇਗਜ਼ਾਮਪਲ ਆਰਕੀਟੈਕਚਰ ਉਸਨੇ ਡਿਜ਼ਾਈਨ ਤਿਆਰ ਕਰਨਾ ਹੈ ਉਹ ਦੇਖਦਾ ਹੈ ਸੋਚਦਾ ਹੈ ਅੱਛਾ ਇਸ ਦਾ ਇਹ ਕੀਤਾ ਹੋ ਸਕਦਾ ਇੱਥੇ ਜੇ ਇਹ ਕੀਤਾ ਹੁਣ ਅੰਦਰ ਉਹ ਵਿਜ਼ੂਅਲਾਈਜ਼ ਕਰ ਰਿਹਾ ਹੈ ਆਰਟਿਸਟ ਹੈ ਗੱਲ ਕਰ ਚੁੱਕੇ ਹਾਂ ਪੇਂਟਰ ਹੈ ਡਿਜ਼ਾਈਨਰ ਹੈ ਇਹ ਸਾਰੇ ਸਪੈਸ਼ਲ ਏਰੋਪਲੇਨ ਵੀ ਕਿੱਦਾਂ ਚੱਲਣਾ ਹੈ ਇੱਕ ਕੁਐਸਚਨ ਵੀ ਪੁੱਛਿਆ ਜਾ ਗਿਆ ਉੱਤੇ ਸਪੇਸ ਵਿੱਚ ਹੀ ਚੱਲਦਾ ਹੈ ਅੱਛਾ ਇਹ ਦੋ ਦੋ ਤਿੰਨ ਤਿੰਨ ਰੱਖੇ ਨੇ ਵੈਸੇ ਜ਼ਿਆਦਾ ਵੱਖਰੇ ਤੌਰ ਤੇ ਕੀਤੇ ਜਾ ਸਕਦੇ ਹਨ 뮤지컬 ਇੰਟੈਲੀਜੈਂਸ ਮੇਰੇ ਖਿਆਲ ਤ ਨਹੀਂ ਦੱਸਣ ਦੀ ਲੋੜ 뮤జిక్ ਚ ਮਾਰ ਜਾਂਦਾ ਸੈਂਸਿਟੀਵਿਟੀ ਟੂ ਸਾਊਂਡ ਰਿਦਮ ਹਨਾ 뮤జిక్ ਸੁਰਾਂ ਨਾਲ ਤਾਲ ਮਿਲਿਆ ਸੰਗੀਤਕਾਰ ਸੰਗੀਤ ਰਚੈਤਾ ਗਾਇਕ ਇਹ ਇਹ ਕੁਐਸਚਨ ਬਹੁਤ ਜ਼ਿਆਦਾ ਸੋਖਾ ਆਏਗਾ ਬਾਡੀ ਕਿਨਸਥੈਟਿਕ ਪੁੱਛਿਆ ਜਾ ਸਕਦਾ ਹੈ ਕਿ ਆਪਣੀ ਸ਼ਰੀਰ ਦੀ ਕਿੰਨੀ ਸਮਝ ਹੈ ਉਹਦੀਆਂ ਹਰਕਤਾਂ ਦੀ ਉਹਦੀ ਮੂਵਮੈਂਟ ਦੀ ਹਨਾ ਕਿੰਨੀ ਜ਼ਿਆਦਾ ਸਮਝ ਹੈ ਮਹਾਰਤ ਜਿਮਨਾਸਟਿਕ ਪਲੇਅਰ ਜਿਹੜੇ ਨੇ ਐਥਲੀਟਸ ਡਾਂਸਰ ਸਕੂਲ ਵਿੱਚ ਡਾਂਸਰ ਐਥਲੀਟ ਸਰ सर्जन सर्जन ने ऑपरेट करना है जे थोड़ा भी औजार ज्यादा हिल गया है ना बॉडी हिल गई ज्यादा कट लग गया डैथ हो सकती है सो इदा याद रखा जा सकता है इंटरपर्सनल इंटर जिथे आता है एक शख्स ਅ ਉਹਦਾ ਸੰਬੰਧ ਦੂਜੇ ਸ਼ਖਸ ਨਾਲ ਉਹ ਇੰਟਰੈਕਸ਼ਨ ਜਿਹੜਾ ਕਰਦੇ ਹਨ ਸੋ ਇੱਥੇ ਗਰੁੱਪ ਬਣ ਗਿਆ ਦੋ ਪਰਸਨ ਤੋਂ ਸ਼ੁਰੂ ਹੋ ਗਿਆ ਹੈ ਪੀਪਲ ਸਮਾਰਟਰ ਨੂੰ ਕਿਹਾ ਜਾਂਦਾ ਹੈ ਅਬਿਲਿਟੀ ਟੂ ਅੰਡਰਸਟੈਂਡ ਐਂਡ ਇੰਟਰੈਕਟ ਵਿਦ ਅਦਰ ਸਿੰਪਲ ਗੱਲ ਹੈ ਸੋ ਇਸ ਦੇ ਜਿਹੜੇ profession ਜਿਹੜਾਂ ਚ ਇਹ ਜ਼ਿਆਦਾ ਚਾਹੀਦੀ ਹੈ ਟੀਚਰ ਟੀਚਰ ਨੇ ਕਿਉਂਕਿ ਸਟੂਡੈਂਟਸ ਨੂੰ ਸਮਝਣਾ ਹੈ ਅਸੀਂ ਪਹਿਲਾ ਸਾਡਾ ਪੇਪਰ ਕੀ ਹੁੰਦਾ ਹੈ ਅੰਡਰਸਟੈਂਡਿੰਗ ਦਾ ਲਰਨਰ ਐਂਡ ਲਰਨਿੰਗ ਪ੍ਰੋਸੈਸ ਹੈ ਨਾ ਕਾਉਂਸਲਰ ਮੈਂ ਵੀ ਇਹ ਰੋਲ ਅਦਾ ਕਰਦਾ ਹਾਂ ਕਾਉਂਸਲਰ ਨੇ ਸਭ ਤੋਂ ਜ਼ਿਆਦਾ ਸਮਝਣਾ ਅੱਛਾ ਤੁਹਾਡਾ ਕਾਉਂਸਲਰ ਉਹੀ ਹੈ ਜਿਹੜਾ ਤੁਹਾਡੇ ਦੁੱਖ ਨੂੰ ਤੁਹਾਨੂੰ ਕਦੇ ਨਹੀਂ ਕਹਿੰਦਾ ਤੇਰੇ ਕੋ ਗਲਤੀ ਹੋ ਗਈ ਤੇ ਕੋ ਗਲਤੀ ਹੋ ਗਈ ਸ਼ੁਰੂ ਚ ਹੀ ਇਹ ਕਰਦਾ ਹੈ ਨਾ ਜਿਹੜਾ ਕਹਿੰਦਾ ਨਹੀਂ ਬਿਲਕੁਲ ਠੀਕ ਹੈ ਹਾਲਾਤ ਇਸ ਤਰ੍ਹਾਂ ਤੁਹਾਨੂੰ ਪੋਜ਼ਿਟਿਵ ਰੱਖੇ ਔਰ ਇੱਕ ਅਜੀਬ ਜਿਹਾ ਨਾਤਾ ਬਣ ਜਾਏ ਜਿਹੜਾ ਜਿਹੜਾ ਤੁਹਾਡੇ ਅੱਗੇ ਸਾਰਾ ਸੰਸਾਰ ਆਪਣਾ ਖੋਲ ਦੇਵੇ ਸੋ ਪੋਲੀਟੀਸ਼ੀਅਨ ਇੱਥੇ ਥੋੜੀ ਗੜਬੜ ਹੈ ਲੇਕਿਨ ਦੋ ਲੋਕਾਂ ਨਾਲ ਸੰਬੰਧਿਤ ਹੈ ਸੋ ਇਹ ਪ੍ਰੋਫੈਸ਼ਨ ਇਹਦੇ ਨਾਲ ਜੁੜਦੇ ਨੇ ਅ ਅੱਗੇ ਚੱਲਦੇ ਹਾਂ ਇੰਟਰਾ ਆਪਣੀ ਇੰਟਰਾਮੀਨ ਵਿਦਿਨ ਆਪਣੀ ਸਮਝ ਆਪ সেলਫ ਸਮਾਰਟ সেলਫ ਸਮਾਰਟ ਕਿਹੜੇ ਚਾਹੀਦੇ ਸਾਈਕੋਲੋਜਿਸਟ ਫਿਲਾਸਫਰ ਸਪਿਰਚੁਅਲ ਲੀਡਰ ਇਹ ਇਕਾਂਤ ਵਿੱਚ ਜ਼ਿਆਦਾ ਲੈਂਦੇ ਨੇ ਖੁਦ ਨਾਲ ਨਾਲ ਜ਼ਿਆਦਾ ਇੰਟਰੈਕਟ ਕਰਦੇ ਨੇ ਪੀਪਲ ਸਮਾਰਟ ਦੂਜਿਆਂ ਨਾਲ ਜ਼ਿਆਦਾ ਇੰਟਰੈਕਟ ਕਰਦੇ ਨੇ ਨੈਚੁਰਲਿਸਟਿਕ ਇੰਟੈਲੀਜੈਂਸ ਕਿ ਕੁਦਰਤ ਦੇ ਵਿੱਚ ਕੰਮ ਅੱਛਾ ਕਰ ਸਕਦੇ ਹਨ ਨੇਚਰ ਸਮਾਰਟ ਹੈ ਬਾਇਓਲੋਜਿਸਟ ਹੈ ਫਾਰਮਰ ਕਿਸਾਨ ਹੈ ਹੈਨਾ ਸੁਰਖਕ ਕਨਜ਼ਰਵੇਸ਼ਨਿਸਟ ਹੈ ਜਿਹੜੇ ਆਪਣੇ ਜੰਗਲਾਂ ਦੀ ਪੌਪਲੈਂਟਸ ਦੀ ਪਾਣੀ ਦੀ ਹਵਾ ਦੀ ਹੈਨਾ ਸੰਭਾਲ ਜ਼ਿਆਦਾ ਕਰਦੇ ਨੇ ਇਹ ਵਾਪਸ ਚਲਦੇ ਹਾਂ ਇਹ ਕੁਐਸਚਨ ਮੇਰੇ ਖਿਆਲ ਇੱਕ ਜੇ ਮਿਸ ਹੋਇਆ ਸੀ ਇਹ ਵਾਲਾ ਕਿ ਹਾਂ ਆਹ ਵਾਲਾ ਮਿਸ ਹੋ ਗਿਆ ਸੀ ਵਿਚ ਵਨ ਆਫ ਦੀ ਫਾਲੋਇੰਗ ਇਜ਼ ਨਾਟ ਅ ਗਰੁੱਪ ਟੈਸਟ ਆਫ ਇੰਟੈਲੀਜੈਂਸ ਹੁਣ ਇਹ ਯਾਦ ਕਿੱਦਾਂ ਰੱਖਿਆ ਜਾਵੇ ਔਖਾ ਹੋ ਸਕਦਾ ਹੈ ਸਾਡੇ ਲਈ ਯਾਦ ਸਾਰੇ ਲੰਬੀ ਲਿਸਟ ਹੈ ਛੋਟੀ ਜੀ ਲਿਸਟ ਮੈਂ ਦਿਖਾ ਦਾਂਗਾ ਪੌਪੂਲਰ ਦੀ ਹੁਣ ਇਹ ਤਰੀਕਾ ਕੀ ਹੈ ਗਰੁੱਪ ਗਰੁੱਪ ਮੀਨ ਕਿ ਜਿਹੜਾ ਟੈਸਟ ਇੱਕ ਸਮੇਂ ਇੱਕ ਤੋਂ ਵੱਧ ਜਾਣਿਆਂ ਤੇ ਲੱਗ ਸਕੇ ਮੰਨ ਲਓ ਤੁਸੀਂ ਤਿੰਨ ਤਿਆ 30 ਜਾਣਿਆਂ ਤੇ ਇੱਕ ਟੈਸਟ ਇੱਕੋ ਵਕਤ ਲਾ ਲਿਆ ਉਸ ਨੂੰ ਗਰੁੱਪ ਟੈਸਟ ਕਿਹਾ ਜਾਂਦਾ ਹੈ ਇੰਡੀਵਿਜੂਅਲ ਟੈਸਟ ਕੀ ਹੁੰਦਾ ਹੈ ਜਿਹੜਾ ਇੱਕ ਵਕਤ ਇੱਕ ਜਣੇ ਤੇ ਹੀ ਲੱਗੇ ਪਰ ਪਰਫਾਰਮੈਂਸ ਟੈਸਟ ਆਲਵੇਜ਼ ਇੰਡੀਵਿਜੂਅਲ ਟੈਸਟ ਹੁੰਦੇ ਹਨ ਕਿਉਂਕਿ ਉੱਥੇ ਬੱਚਾ ਪਰਫਾਰਮ ਕਰ ਰਿਹਾ ਟੁਕੜਿਆਂ ਨੂੰ ਹਿਲਾ ਰਿਹਾ ਇੱਧਰ ਕਰ ਰਿਹਾ ਇੱਧਰ ਕਰ ਰਿਹਾ ਤੁਹਾਨੂੰ ਉਹਨੂੰ ਦੇਖਣਾ ਪੈਣਾ ਹੈ ਕੀ ਕਰ ਰਿਹਾ ਇੱਕ ਬੰਦਾ ਇੱਕ ਨੂੰ ਹੀ ਦੇਖ ਸਕਦਾ 30 ਜਣਿਆਂ ਨੂੰ ਨਹੀਂ ਦੇਖ ਸਕਦਾ ਇੱਕੋ ਟਾਈਮ ਤੇ ਕੁਝ ਨੋਟ ਕਰਨਾ 30 ਜਣਿਆਂ ਦਾ ਨੋਟ ਨਹੀਂ ਕਰ ਸਕਦਾ ਇਸ ਤਰ੍ਹਾਂ ਸੋਚਣਾ ਹੈ ਹੁਣ ਇੱਥੇ ਦੇਖੋ ਆਰਮੀ ਕੀ ਹੈ ਗਰੁੱਪ ਨਹੀਂ ਹੈ ਇਸ ਨੂੰ ਇੱਦਾਂ ਜੋੜ ਲਓ ਆਰਮੀ ਬੀਟਾ ਗਰੁੱਪ ਨਹੀਂ ਹੈ ਸੋ ਇਹ ਹੋ ਗਿਆ ਕਿ ਇਹ ਗਰੁੱਪ ਟੈਸਟ ਹੈ ਗਰੁੱਪ ਟੈਸਟ ਹੈ ਮੈਨੂੰ ਇਹ ਕਿਥੇ ਹੁਣ ਜਿਹੜਾ ਹੈ ਕੋਨ ਮੈਨ ਇਹ ਜਿਹੜਾ ਨਾਮ ਹੈ ਕੋਹਲਮਾਨ ਜਿਹੜਾ ਹੈ ਇਹ ਨਾਮ ਇਹ ਮੈ ਮੈਨੇ ਸੀ ਪੜਿਆ ਲੇਕਿਨ ਜਿਹੜੇ ਪ੍ਰੀ ਸਕੂਲ ਦੇ ਬੱਚੇ ਹਨ ਇਹਨਾਂ ਤੇ ਇੱਕ ਸਕੇਲ ਬਣਾਇਆ ਗਿਆ ਪ੍ਰੀ ਸਕੂਲ ਦੇ ਕਿਹੜੇ ਹੁੰਦੇ ਆ 6 ਸਾਲ ਤੋਂ ਛੋਟੇ ਹੁਣ 6 ਸਾਲ ਤੋਂ ਛੋਟੇ ਬੱਚਿਆਂ ਨੂੰ ਇੰਡੀਵਿਜੂਅਲੀ ਹੀ ਅਟੈਂਡ ਕਰਕੇ ਉਹਨਾਂ ਤੇ ਟੈਸਟ ਲਗਾਇਆ ਜਾ ਸਕਦਾ ਹੈ ਉਹਨਾਂ 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 ਨੂੰ ਗਰੁੱਪ ਚ 30 ਜਾਣਿਆਂ ਤੇ 15 ਜਾਣਿਆਂ ਤੇ 10 ਜਾਣਿਆਂ ਤੇ ਨਹੀਂ ਲਗਾਇਆ ਜਾ ਸਕਦਾ ਇੰਨੀ ਕਾਮਨ ਸੈਂਸ ਨਾਲ ਸਾਨੂੰ ਆਨਸਰ ਮਿਲ ਗਿਆ ਕਿ ਮਿਨੇਸੋਟਾ ਪ੍ਰੀ ਸਕੂਲ ਸਕੇਲ ਇਜ਼ ਨਾਟ ਅ ਗਰੁੱਪ ਟੈਸਟ ਅੱਗੇ ਚੱਲਦੇ ਹਾਂ ਪੰਜ ਕੁਐਸਚਨ ਹੋ ਗਏ ਨੇ ਇਹ ਅਗਲਾ ਹੈ ਇਹ ਵਾਲਾ 6ਵਾਂ ਕੁਐਸਚਨ ਅਕੋਰਡਿੰਗ ਟੂ ਪਿਆਜੇ ਥਿਊਰੀ ਕੌਗਨੀਟਿਵ ਡਿਵੈਲਪਮੈਂਟ ਹਾਊ ਮੈਨੀ ਸਟੇਜਸ ਆਫ ਚਿਲਡਰਨ ਇੰਟੈਲੈਕਚੁਅਲ ਡਿਵੈਲਪਮੈਂਟ ਇਜ਼ ਆਇਡੈਂਟੀਫਾਈ ਇਹ ਦੁਨੀਆ ਦਾ ਸਭ ਤੋਂ ਸੌਖਾ ਕੁਐਸਚਨ ਕਿਉਂਕਿ ਅਸੀਂ ਜਾਣਦੇ ਹਾਂ ਮੈਂ ਕਿੱਦਾਂ ਯਾਦ ਰੱਖਣ ਲਈ ਕਹਿਣਾ ਹੁੰਦਾ ਹੈ ਪਿਆਜੇ ਨੂੰ ਚਲੋ ਪਿਆ ਪਾਇਗੈਟ ਯਾਦ ਰੱਖਣ ਵਾਲੀ ਗੱਲ ਇਹ ਹੈ ਕਾਮਨ ਹੈ ਕਿ ਚਾਰ ਜਿਹੜੀਆਂ ਸਟੇਜਸ ਹੈ ਉਹ ਸਟੇਜਸ ਅਸੀਂ ਕਰ ਹੀ ਲੈਣੇ ਹਨ ਬ੍ਰੀਫ ਵਿੱਚ ਪਿਆਜੇ ਨਾਲ ਸੰਬੰਧਿਤ ਕੁਐਸਚਨ ਕਿਹੜੇ ਪੁੱਛੇ ਜਾ ਸਕਦੇ ਨੇ ਜੀਨ ਪਿਆਜੇ ਥਿਉਰੀ ਆਫ ਕಾಗ್ਨੀਟਿਵ ਡਿਵੈਲਪਮੈਂਟ ਸੈਂਸਰੀ ਮੋਟਰ ਸਟੇਜ ਹੈ ਫੈਲੀ ਇਹਦੇ ਯਰ ਪੁੱਛੇ ਜਾ ਸਕਦਾ ਹੈ ਕਿ ਕਿੰਨੇ ਸਾਲ ਜ਼ੀਰੋ ਬਰਥ ਤੋਂ 2 ਸਾਲ ਤੱਕ ਇਹ ਯਾਦ ਰੱਖਣ ਦਾ ਤਰੀਕਾ ਚਾਰੀ ਸਟੇਜਸ ਇਹ 2 7 11 2.7 11 پیسے ਤਾਂ ਹੁੰਦਾ ਹੁੰਨੇ ਆ ਲੇਕਿਨ ਇੱਥੇ 11 ਬਣਾ ਰਹੇ ਜ਼ੀਰੋ ਸਾਨੂੰ ਪਤਾ ਹੀ ਹੈ ਸੋ ਪਹਿਲੀ ਬਣ ਗਈ ਜ਼ੀਰੋ ਤੋਂ 2 ਸਾਲ ਫਿਰ 2 ਤੋਂ 7 ਸਾਲ ਦੂਜੀ ਸਟੇਜ ਫਿਰ 7 ਤੋਂ 11 ਸਾਲ ਅੱਗੇ ਪਲੱਸ ਵਾਲੀ ਚੌਥੀ ਸਟੇਜ ਬਣ ਗਈ ਉਹਨਾਂ ਦਾ ਨਾਮ ਕੀ ਹੈ ਸੈਂਸਰੀ ਮੋਟਰ ਸਟੇਜ ਪਹਿਲੀ ਦਾ ਇਹ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਸੈਂਸਸ ਜਿੱਥੇ ਜ਼ਿਆਦਾ ਕੰਮ ਕਰਦੀਆਂ ਮੋਟਰ ਐਕਟੀਵਿਟੀ ਜ਼ਿਆਦਾ ਬੱਚਾ ਹਰਕਤਾਂ ਜ਼ਿਆਦਾ ਕਰਦਾ ਹੈ ਹਨਾ ਸੋ ਉਹ ਇਹਦੇ ਵਿੱਚ ਦੂਜਾ ਕੁਐਸਚਨ ਸਭ ਤੋਂ ਜ਼ਿਆਦਾ ਪੁੱਛਿਆ ਕਿਹੜਾ ਜਾਂਦਾ ਹੈ ਤਿੰਨ ਕੁਐਸਚਨ ਹੋਗੇ ਕਿਹੜਾ ਯਰ ਹੈ ਕੀ ਸੈਂਸਸਿਸ ਐਂਡ ਐਕਸ਼ਨ ਜਿਹੱਚ ਯੂਜ਼ ਹੁੰਦੇ ਆ ਸੈਂਸਸ ਸੈਂਸਸ ਪੰਜ ਗਿਆਨेंद्रੀਆਂ ਮੋਟਰ ਮੋਟਰ ਮੀਨ ਮੂਵਮੈਂਟ ਯਾ ਐਕਸ਼ਨਸ ਹੈ ਅਬਜੈਕਟ ਪਰਮਨੈਂਸ ਕਿਹੜੀ ਸਟੇਜ ਵਿੱਚ ਡਵੈਲਪ ਹੁੰਦਾ ਹੈ ਇਹ ਕੁਐਸਚਨ ਹੈ ਇਹਦਾ ਆਨਸਰ ਸੈਂਸਰੀ ਮੋਟਰ ਸਟੇਜ ਹੀ ਹੁੰਦਾ ਹੈ ਬਹੁਤ ਜ਼ਿਆਦਾ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਅਬਜੈਕਟ ਪਰਮਨੈਂਸ ਹੈ ਕਿ ਬੱਚਾ ਛੋਟਾ ਹੈ ਉਹਦੇ ਸਾਹਮਣੇ ਉਹਦਾ ਇੰਟਰਸਟ ਦਾ ਅਬਜੈਕਟ ਰੱਖਿਓ ਜੇ ਤਾਂ ਉਹਨੂੰ ਲੱਭਦਾ ਹੈ ਤੁਸੀਂ ਉਸ ਤੋਂ ਬਾਅਦ ਛੁਪਾ ਲਓ ਜੇ ਤਾਂ ਉਹਨੂੰ ਲੱਭਦਾ ਕਿੱਥੇ ਹੈ ਰੋਂਦਾ ਉਹਦੇ ਲਈ ਇਹਦਾ ਮਤਲਬ ਉਹਦੇ ਮਾਈਂਡ ਵਿੱਚ ਉਸ ਆਬਜੈਕਟ ਦਾ ਕਨਸੈਪਟ ਬਣ ਗਿਆ ਹੈ ਰਿਟੇਨ ਰਹਿ ਗਿਆ ਹੈ ਸੁਰੱਖਿਤ ਰਹਿ ਗਿਆ ਹੈ ਤਾਂ ਹੀ ਉਸ ਨੂੰ ਲੱਭ ਰਿਆ ਹੈ ਜਿਹੜਾ 2 ਮਹੀਨੇ ਦਾ ਬੱਚਾ ਹੋਏਗਾ 3 ਮਹੀਨੇ ਦਾ ਬੱਚਾ ਹੋਏਗਾ ਤੁਸੀਂ ਦੇਖਿਓ ਕਿ ਉਹ ਲੱਭੇਗਾ ਨਹੀਂ ਉਹ ਕਹੇਗਾ ਇੱਧਰ ਹਾਂ 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 ਚਲੋ ਇਹਦਾ ਮਤਲਬ ਉਹਦੇ ਮਨ ਵਿੱਚ ਰਟੇਨ ਉਹ ਆਬਜੈਕਟ ਪਰਮਾਨੈਂਟਲੀ ਨਹੀਂ ਰਿਹਾ ਆਬਜੈਕਟ ਪਰਮਾਨੈਂਟਲੀ ਮਨ ਵਿੱਚ ਰਟੇਨ ਨਹੀਂ ਰਿਹਾ ਸੋ ਇਹ ਕਿਹੜੀ ਸਟੇਜ ਵਿੱਚ ਸੀ ਸੈਂਸਰੀ ਮੋਟਰ ਸਟੇਜ ਵਿੱਚ ਦੂਜੀ ਸਟੇਜ ਹੈ ਜਿਹਦੇ ਮੋਸਟ ਕੁਐਸਚਨ ਪੁੱਛਿਆ ਜਾਂਦੇ ਨੇ ਜੋ ਔਰ ਜਿਹਦਾ ਬੇਸਿਕ ਟਰਮ ਹੈ ਆਪਰੇਸ਼ਨ ਅਗਲੀਆਂ ਤਿੰਨੇ ਸਟੇजेस ਹੈ ਆਪਰੇਸ਼ਨ 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 ਆਏਗਾ ਪ੍ਰੀ ਆਪਰੇਸ਼ਨ ਕੰਕਰੀਟ ਆਪਰੇਸ਼ਨ ਫਾਰਮਲ ਆਪਰੇਸ਼ਨ ਇਹ ਪ੍ਰੀ ਆਪਰੇਸ਼ਨ ਆਪਰੇਸ਼ਨ ਮੀਨ ਲੌਜੀਕ ਇਹਦਾ ਮਤਲਬ ਪ੍ਰੀ ਆਪਰੇਸ਼ਨ ਲੌਜੀਕ ਤੋਂ ਪਹਿਲਾਂ ਇਟ ਮੀਨਸ ਇਹਦੇ ਵਿੱਚ ਬੱਚੇ ਦਾ ਲੌਜੀਕ ਹਜੇ ਡਿਵੈਲਪ ਨਹੀਂ ਹੋਇਆ ਏਜ ਸਾਨੂੰ ਪਤਾ ਲੱਗ ਗਈ ਹੈ ਅੱਛਾ ਇਹ ਪੁੱਛਿਆ ਜਾਂਦਾ ਹੈ ਕਈ ਵਾਰੀ ਸਿੰਬੋਲਿਕ ਥਿੰਕਿੰਗ ਕਦੋਂ ਡਿਵੈਲਪ ਹੁੰਦੀ ਹੈ ਸੈਕੰਡ ਸਟੇਜ ਵਿੱਚ ਹੁੰਦੀ ਹੈ ਈਗੋਸੈਂਟ੍ਰਿਸਿਜ਼ਮ ਕਿ ਮੈਂ ਜਿੱਦਾਂ ਸੋਚਦਾ ਹਾਂ ਬਾਕੀ ਵੀ ਉਦਾਂ ਹੀ ਸੋਚਦੇ ਹਨ ਜੋ ਜਿਵੇਂ ਮੈਨੂੰ ਦਿਖਾਈ ਦੁਨੀਆ ਦੇ ਰਹੀ ਹੈ ਚੀਜ਼ ਦੇ ਰਹੀ ਹੈ ਆਬਜੈਕਟ ਜਿੱਦਾਂ ਦੇਖ ਦਿਖਾਈ ਦੇ ਰਿਹਾ ਉਦਾਂ ਹੀ ਬਾਕੀਆਂ ਨੂੰ ਦਿਖਾਈ ਦੇ ਰਿਹਾ ਹੈ ਜਦੋਂ ਮੈਂ ਤੁਰਦਾ ਹਾਂ ਤੇ ਚੰਦਰਮਾ ਵੀ ਤੁਰਦਾ ਹੈ ਮੇਰੇ ਮੁਤਾਬਕ ਸਾਰਾ ਕੁਝ ਹੋ ਰਿਹਾ ਹੈ ਈਗੋਸੈਂਟ੍ਰਿਸਿਜ਼ਮ ਲੈਕ ਆਫ ਕਨਜ਼ਰਵੇਸ਼ਨ ਸਭ ਤੋਂ ਜ਼ਿਆਦਾ ਕੁਐਸਚਨ ਪੁੱਛੇ ਜਾਣ ਵਾਲੇ ਹੈ ਨਾ ਸ਼ੇਪ ਬਦਲਣ ਨਾਲ ਦੋ ਸ਼ਬਦ ਸਿਰਫ ਲਿਖ ਰਿਹਾ ਕਨਜ਼ਰਵੇਸ਼ਨ ਦਾ ਟਾਸਕ ਹੀ ਹੈ ਸਾਇੰਸ ਦਾ ਹੈ ਸ਼ੇਪ ਬਦਲਣ ਨਾਲ ਕੋ ਕੁਆਲਟੀ ਕੁਆਂਟੀਟੀ ਜਾਂ ਅਮਾਊਂਟ ਜਿਹੜੀ ਹੈ ਹੈ ਨਾ ਨਹੀਂ ਬਦਲ ਜਾਂਦੀ ਫਾਰ ਇਗਜ਼ਾਮਪਲ ਪਾਣੀ ਨੂੰ ਇਹ 26 ਇੱਕੋ ਜਿਹੇ ਉਜ਼ਾਰਾਂ ਵਿੱਚ ਪਾਇਆ ਗਿਆ ਸੀ ਇੰਨਾ-ਇੰਨਾ ਭਰਿਆ ਗਿਆ ਸੀ ਫਿਰ ਇੱਕ ਉਸ ਨੇ ਇਸ ਤਰ੍ਹਾਂ ਲੰਬੇ ਜਿਹੇ ਬੀਕਰ ਵਿੱਚ ਇਸ ਪਾਣੀ ਨੂੰ ਪਵਾਇਆ ਸਾਹਮਣੇ ਤੇ ਇਹ ਜਿਹੜਾ ਇੱਥੇ ਤੱਕ ਭਰ ਗਿਆ ਆ ਕੀ ਹੁੰਦਾ ਹੈ ਬੱਚੇ ਨੂੰ ਪੁੱਛਿਆ ਜਾਂਦਾ ਹੈ ਬੇਟਾ ਹੁਣ ਇਹ ਦੇ ਵਿੱਚ ਤੇ ਇਹ ਦੇ ਵਿੱਚ ਪਾਣੀ ਸੇਮ ਹੈ ਜਾਂ ਕਿਸੇ ਵਿੱਚ ਘਟ ਹੈ ਕਿਸੇ ਵਿੱਚ ਵਧ ਹੈ 7 ਸਾਲ ਤੋਂ ਛੋਟਾ ਬੱਚਾ ਕਹਿੰਦਾ ਹੈ ਇੱਚ ਕਿਉਂਕਿ ਦਿਖਣ ਵਿੱਚ ਵੱਡਾ ਲੱਗਦਾ ਹੈ ਇਸ ਲਈ ਕਹਿੰਦਾ ਇਹ ਦੇ ਵਿੱਚ ਜ਼ਿਆਦਾ ਹੈ ਉਹ ਸੋਚ ਨਹੀਂ ਪੰਦਾ ਕਿ ਪਾਣੀ ਦਾ ਸੇਮ ਹੀ ਹੈ ਉਹ ਰਿਵਰਸ ਰਿਵਰਸ ਸੋਚ ਨਹੀਂ ਸਕਿਆ ਇਸ ਨੂੰ ਇਰ ਰਿਵਰਸਿਬਿਲਟੀ ਕਹਿੰਦੇ ਨੇ ਇਹ ਵੀ ਇਸ ਦਾ ਮੇਨ ਕਨਸੈਪਟ ਪੁੱਛਿਆ ਜਾਂਦਾ ਹੈ ਅੱਛਾ ਅ ਅੱਗੇ ਚਲੀਏ ਕੰਕਰੀਟ ਆਪਰੇਸ਼ਨਲ ਆਪਰੇਸ਼ਨਲ ਮਤਲਬ ਹੁਣ ਹੋ ਗਿਆ ਹੁਣ ਲੌਜੀਕ ਆਪਰੇਸ਼ਨ ਮੀਨ ਹੁਣ ਲੌਜੀਕ ਡਿਵੈਲਪ ਹੋ ਗਿਆ ਹੈ ਹੁਣ ਉਹਦੀ ਥਿੰਕਿੰਗ ਜਿਹੜੀ ਤਾਰਕਿਕ ਬਣ ਚੁੱਕੀ ਹੈ ਲੇਕਿਨ ਉਸ ਨੂੰ ਕੰਕਰੀਟ ਚੀਜ਼ਾਂ ਚਾਹੀਦੀਆਂ ਹਨ ਉਹਨਾਂ ਤੋਂ ਬਿਨਾ ਨਹੀਂ ਉਹ ਸੋਚ ਸਕਦਾ ਸੋ ਉਹ ਜਿਹੜੇ ਪਿੱਛੇ ਫੇਲ ਹੋਏ ਸੀ ਕਨਜ਼ਰਵੇਸ਼ਨ ਦੀ ਕਮੀ ਸੀ ਇੱਥੇ ਕਨਜ਼ਰਵੇਸ਼ਨ ਹੁਣ ਉਹਨੂੰ ਪਤਾ ਲੱਗ ਜਾਂਦਾ ਹੈ ਪਾਣੀ ਜਿਹੜਾ ਹੈ ਕਿਉਂਕਿ ਉਸੇ ਵਿੱਚੋਂ ਮੇਰੇ ਸਾਹਮਣੇ ਪਾਇਆ ਗਿਆ ਹੈ ਉਸ ਦੀ ਸ਼ੇਪ ਵੱਖਰੀ ਹੈ ਅਪੀਅਰੈਂਸ ਵੱਖਰੀ ਹੈ ਦਿਖਾਵਟ ਵੱਖਰੀ ਹੈ ਪਰ ਉਹ ਪਾਣੀ ਸੇਮ ਹੈ ਜਦੋਂ ਇਹ ਬੱਚਾ ਸੋਚ ਲੈਂਦਾ ਹੈ ਤਾਂ ਉਸ ਨੂੰ ਕਨਜ਼ਰਵੇਸ਼ਨ ਲਿਕਵਿਡ ਦਾ ਕਿਆ ਜਾਂਦਾ ਹੈ ਰਿਵਰਸੇਬਿਲਟੀ ਮਤਲਬ ਕਿ ਉਸ ਨੇ ਵਾਪਸ ਜਾ ਸੋਚ ਲਿਆ ਕਿ ਯਾਰ ਪਾਣੀ ਇੱਥੋਂ ਹੀ ਪਾਇਆ ਸੀ ਐਨੀ ਗੱਲ ਹੈ ਰਿਵਰਸੇਬਿਲਟੀ ਮਤਲਬ ਕਿ ਲੌਜੀਕ ਡਿਵੈਲਪ ਹੋ ਗਿਆ ਹੁਣ 에ਰਰ ਨਹੀਂ ਕਰ ਰਿਹਾ ਫਾਰਮਲ ਆਪਰੇਸ਼ਨ ਹੈ ਕਿ ਕਨਕ੍ਰੀਟ ਦੀ ਜਗਾ ਤੇ ਹੁਣ ਚੌਥੀ ਜਿਹੜੀ ਸਟੇਜ ਹੈ ਪੰਜਵਾਂ ਪੁਆਇੰਟ ਹੈ ਚੌਥੀ ਸਟੇਜ ਹੈ 12 ਪਲੱਸ ਬੱਚਿਆਂ ਜਦੋਂ ਬੱਚਾ ਹੁਣ ਕਨਕ੍ਰੀਟ ਨਹੀਂ ਐਬਸਟ੍ਰੈਕਟ ਥਿੰਕਿੰਗ ਸੁਖਮ ਰੂਪ ਵਿੱਚ ਸੋਚਦਾ ਹੈ ਕਿ ਸੇ ਵੀ ਆਬਜੈਕਟ ਤੋਂ ਬਿਨਾ ਉਹਨੂੰ ਸੋਚ ਸਕਦਾ ਹੈ ਹਾਈਪੋਥੈਸਿਸ ਟੈਸਟ ਕਰ ਸਕਦਾ ਹੈ ਇਸ ਦੀ ਮੋਸਟ ਇੰਪੋਰਟੈਂਟ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਹੈ ਹਾਈਪੋਥੈਟਿਕੋ ਡਿਡਕਟਿਵ ਥਿੰਕਿੰਗ ਔਰ ਹਾਈਪੋਥੈਟਿਕੋ ਡਿਡਕਟਿਵ ਰੀਜ਼ਨਿੰਗ ਹਾਈਪੋ ਯਾਦ ਰੱਖੋ ਹਾਂ ਆ ਐਚ ਵਾਈ ਪੀਓ ਹਾਈਪੋ ਹਾਈਪੋਥੈਕ ਨੇ ਸ਼ਬਦ ਹੈ 4 ਇਟ ਮੀਨਸ ਚੌਥੀ ਸਟੇਜ ਵਿੱਚ ਹਾਈਪੋਥੈਟਿਕੋ ਐਨੀ ਗੱਲ ਹੈ ਅੱਛਾ ਹਾਂ ਇੱਕ ਦੂਜੀ ਚੀਜ਼ ਜੇ ਉਹ ਪੁੱਛਣ ਕਿ ਇੰਡਕਟਿਵ ਜ ਡਿਡਕਟਿਵ ਰੀਜ਼ਨਿੰਗ ਕਦੋਂ ਹੋਈ ਡੀ ਡਕਟਿਵ ਹੈ ਨਾ ਸੋ ਇਹ ਵੀ ਫੋਰਥ ਸਟੇਜ ਵਿੱਚ ਹੁੰਦੀ ਹੈ ਕਿਉਂਕਿ ਹਾਈਪੋਥੈਟਿਕੋ ਡਿਡਕਟ ਜਿਹੜੀ ਰੀਜ਼ਨਿੰਗ ਹੈ ਇਹ ਡਿਡਕਟਿਵ ਰੀਜ਼ਨਿੰਗ ਹੈ ਪੰਜਾਬੀ ਵਿੱਚ ਇਸ ਨੂੰ ਕਹਾਂਗੇ ਨਿਗਮਣ ਨਿਗਮਣ ਓਕੇ ਆ ਸੋ ਇਸ ਨੂੰ ਫੋਰਥ ਸਟੇਜ ਨਾਲ ਜੋੜਨਾ ਹੈ ਤਾਂ ਜੋੜ ਸਕਦੇ ਹੋ ਕਿਸੇ ਵੀ ਤਰ੍ਹਾਂ ਨਾਲ ਡੀ ਨੂੰ ਡੀ ਨੂੰ ਇਦਾਂ ਪੂਰਾ ਕਰ ਲਓ ਕਿਉਂਕਿ ਇਹ ਇਹ ਉਲਟਾ ਕਰਕੇ ਇਸ ਦਾ ਐਸਥਰਾ ਬਣਾ ਲਓ ਕਿ ਚੌਥੀ ਸਟੇਜ ਹੈ ਡਿਡਕਟਿਵ ਜੇ ਨਹੀਂ ਹੈ ਤੇ ਇੰਡਕਟਿਵ ਯਾਦ ਰੱਖ ਲਓ ਉਹ ਤੀਜੀ ਸਟੇਜ ਵਿੱਚ ਹੈ ਆ ਇਨ ਇਨ ਡਕਟਿਵ ਹੁਣ ਡਕਟਿਵ ਸੇਮ ਆ ਰਿਹਾ ਹੈ ਇਨ ਸੋ ਇਹ ਇਹ ਯਾਦ ਰਹਿੰਦਾ ਹੈ ਡੀ ਦਾ ਅਸੀਂ ਫੋਰ ਬਣਾ ਲਿਆ ਬਸ d ਦਾ ਫੋਰ ਬਣਾਇਆ ਉਹ ਚੌਥੀ ਸਟੇਜ ਵਿੱਚ ਡਿਵੈਲਪ ਹੁੰਦੀ ਹੈ ਜੇ ਥਿਉਰੀ ਤੁਸੀਂ ਨਹੀਂ ਕਰਨੀ ਐਨ ਨਾਲ ਕਮ ਸਰ ਸਕਦਾ ਹੈ ਸਕੀਮਾ ਹੈ ਜਿਹੜੀ ਜਿਸ ਨੂੰ ਜਿਹੜੀ ਮਾਈਂਡ ਵਿੱਚ ਤੁਹਾਡੇ ਹੁਣ ਐਗਜ਼ਿਸਟਿੰਗ ਨੋਲਜ ਹੈ ਇਹ ਸ਼ਬਦ ਵਰਤਿਆ ਜਾਂਦਾ ਹੈ ਐਗਜ਼ਿਸਟਿੰਗ ਨੋਲਜ ਪ੍ਰੀਵੀਅਸ ਨੋਲਜ ਵਰਤਿਆ ਜਾਂਦਾ ਹੈ ਸਟਰਕਚਰ ਆਫ ਆਰਗੇਨਾਈਜ਼ਡ ਨੋਲਜ ਨੋਲਜ ਵਰਤਿਆ ਜਾਂਦਾ ਹੈ ਹੁਣ ਤੱਕ ਬਾਲ ਬਾਰੇ ਐਗ ਬਾਰੇ ਪੈਨ ਬਾਰੇ ਬੁੱਕ ਬਾਰੇ ਨਾ ਕਿਚਨ ਬਾਰੇ ਜਿੰਨਾ ਵੀ ਆਲਾਦਵਾਲਾ ਤੁਸੀਂ ਦੇਖਦੇ ਹੋ ਉਹਦੇ ਦੁਆਰ ਜਿਹੜੀ ਨੌਲੇਜ ਤੁਹਾਡੇ ਇੱਥੇ ਪਈ ਹੈ ਤੇ ਉਹ ਆਰਗੇਨਾਈਜ਼ ਹੈ ਉਸ ਨੂੰ ਸਕੈਮਾ ਕਿਹਾ ਜਾਂਦਾ ਹੈ ਅਸੀਮਿਲੇਸ਼ਨ ਹੈ ਕਿ ਪਿਛਲੀ ਨੌਲੇਜ ਨਾ ਨਿਊ ਨੌਲੇਜ ਜਿਹੜੀ ਹੈ ਮੈਚ ਕਰ ਜਾਂਦੀ ਹੈ ਤੇ ਸਾਨੂੰ ਸਮਝ ਆ ਜਾਂਦੀ ਹੈ ਮੈਂ ਦੋ ਗੱਲਾਂ ਬੁਲੀਆਂ ਪਿਛਲੀ ਨੌਲੇਜ ਪਿਛਲੀ ਨੌਲੇਜ ਕਿਹੜੀ ਸੀ ਸਕੈਮਾ ਪ੍ਰੀਵੀਅਸ ਨੌਲੇਜ ਤੇ ਨਿਊ ਨੌਲੇਜ ਜਿਹੜੀ ਹੈ ਉਸ ਨਾਲੋਂ ਮੈਚ ਕਰ ਗਈ ਹੈ ਨਾ ਇਹ ਇਹ ਫੋਰ ਐਗਜ਼ਾਮਪਲ ਕਾਲਾ ਕੁੱਤਾ ਹੈ ਉਹ ਹੋਰ ਰੰਗ ਦਾ ਕੁੱਤਾ ਹੈ ਉਹਨੇ ਮੈਚਿੰਗ ਦੇਖੀ ਤੇ ਕਿਹਾ ਕਿ ਹਾਂ ਯਾਰ ਇਹ ਵੀ ਕੁੱਤਾ ਹੀ ਆ ਰੰਗ ਦੇ ਜਿਹੜਾ ਵੱਖਰਾ ਹੈ ਸੋ ਉਥੇ ਅਸਿਮੀਲੇਸ਼ਨ ਹੋ ਗਈ ਹੈ ਨਵੇਂ ਤਜਰਬਾ ਜਿਹੜਾ ਹੈ ਪੁਰਾਣੇ ਵਿੱਚ ਸ਼ਾਮਲ ਹੋ ਗਿਆ ਹੈ ਜਿਹੜਾ ਹੈ ਚਲੋ ਡਿਸਕਲੀਬ੍ਰੇਸ਼ਨ ਵਗੈਰਾ ਨਹੀਂ ਹੈ ਇੱਥੇ ਹਜੇ ਨਹੀਂ ਕਰਦੇ ਅਸੀਂ ਲੰਬਾ ਹੋਏਗਾ ਹੈਗਾ ਵੀ ਇਹ ਅਕਾਮੋਡੇਸ਼ਨ ਕੀ ਹੈ ਕਿ ਜਦੋਂ ਨਵੀਂ ਚੀਜ਼ ਤੁਹਾਨੂੰ ਸਮਝ ਨਹੀਂ ਆਂਦੀ ਬੱਕਰੀ ਹੈ ਇਹ ਡੌਗ ਦੇਖਿਆ ਸੀ ਕਾਲਾ ਇਹ ਬੱਕਰੀ ਹੈ ਲੇਕਿਨ ਕਹਿੰਦਾ ਯਾਰ ਉਹਦੇ ਵਰਗੀ ਹੈ ਲੇਕਿਨ ਇਹ ਮਹ ਮਹਾਂ ਕਰਦੀ ਹੈ ਇਹਦੇ ਕੰਨ ਹੋਰ ਤਰ੍ਹਾਂ ਹੈ ਥੋੜੀ ਪੈਸਿਵ ਹੈ ਕੁੱਤਾ ਐਕਟਿਵ ਹੈ ਸੋ ਉਹ ਜਿਹੜੇ ਆ ਤਿੰਨ ਮੈਂ ਗੁਣ ਦੱਸੇ ਕਿ ਇਹ ਫਰਕ ਸੀ ਤੇ ਇਹ ਫਰਕ ਉਹ ਪੁਰਾਣੇ ਸਕੈਮੇ ਪੁਰਾਣੀ ਨੌਲੇਜ ਚ ਐਡ ਕਰ ਲੈਂਦਾ ਤੇ ਆਪਣੇ ਸਕੈਮੇ ਨੂੰ ਬਦਲ ਲੈਂਦਾ ਹੈ ਕਹਿੰਦਾ ਨਹੀਂ ਬੱਕਰੀ ਉਹਦੇ ਵਰਗੀ ਪਰ ਵੱਖਰੀ ਇੱਕ ਐਨੀਮਲ ਹੁੰਦਾ ਹੈ ਵੱਖਰੀ ਚੀਜ਼ ਹੁੰਦੀ ਹੈ ਆ ਸੋ ਇਹ ਅਕੋਮੋਡੇਸ਼ਨ ਅਕੋਮੋਡੇਸ਼ਨ ਕੀ ਹੋਣਾ ਕਿ ਚੇਂਜ ਕਰ ਲਿਆ ਉਸਨੇ ਆਪਣੇ ਸਕੀਮਾਂ ਨੂੰ ਪੁਰਾਣੀ ਨੌਲੇਜ ਨੂੰ ਪੁਰਾਣੀ ਇਨਫੋਰਮੇਸ਼ਨ ਨੂੰ ਚੇਂਜ ਕਰ ਲਿਆ ਐਨੀ ਗੱਲ ਸੀ ਅ ਇਕਲੀਬ੍ਰੇਸ਼ਨ ਇੱਥੇ ਹੋਏਗੀ ਦੇਖੋ ਦੇਖੋ ਸਿੰਪਲ ਸਿੰਪਲ ਜਦੋਂ ਪੁਰਾਣੀ ਨਵੀਂ ਚੀਜ਼ ਨਾਲ ਪੁਰਾਣੀ ਚੀਜ਼ ਜੁੜ ਮੈਚ ਕਰਦੀ ਹੈ ਹਨਾ ਸਮਝ ਆ ਗਈ ਹੈ ਉਦੋਂ ਬੈਲੈਂਸ ਬਣਿਆ ਰਹਿੰਦਾ ਹੈ ਉਹ ਇਕਲੀਬ੍ਰੇਸ਼ਨ ਹੈ ਓਕੇ ਤੇ ਜਦੋਂ ਅ ਪੁਰਾਣੀ ਚੀਜ਼ ਨਾਲ ਨਵੀਂ ਚੀਜ਼ ਮੈਚ ਨਹੀਂ ਕਰਦੀ ਹਨਾ ਬੱਕਰੀ ਨਾਲ ਕੁੱਤਾ ਮੈਚ ਨਹੀਂ ਕੀਤਾ ਫਿਰ ਡਿਸਟਰਬ ਹੋਣੇ ਉਹਨੂੰ ਡਿਸ ਇਕਲੀਬ੍ਰੇਸ਼ਨ ਕਹਿੰਦੇ ਆ ਵੀ ਬੈਲੈਂਸ ਨਹੀਂ ਹੋ ਸਕਿਆ ਉਹ ਬੈਲੈਂਸ ਨੂੰ ਇੰਬੈਲੈਂਸ ਨੂੰ ਠੀਕ ਕਰਨ ਲਈ ਫਿਰ ਅਸੀਂ ਚੇਂਜ ਕਰਦੇ ਨੌਲੇਜ ਨਹੀਂ 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 ਇਹ ਨਵੀਂ ਨਵੀਂ ਚੀਜ਼ ਹੈ ਬੱਕਰੀ ਹੈ ਜਦੋਂ ਚੇਂਜ ਕਰ ਲਿਆ ਫਿਰ ਅਸੀਂ ਸੈਟੀਸਫਾਈ ਹੋਗਾ ਫਿਰ ਸਾਡੇ ਨੌਲੇਜ ਦਾ ਅਗਲਾ ਸਾਈਕਲ ਸ਼ੁਰੂ ਹੋ ਜਾਂਦਾ ਹੈ ਸੋ ਇਹ ਕੁਐਸਚਨ ਪਿਆਜੇ ਬਾਰੇ ਸੀ ਅੱਗੇ ਚੱਲਦੇ ਹਾਂ uh, which of the following was first organized early childhood education method ਹੇ ਠੀਕ ਹੈ ਵਿੱਚੋਂ ਕਿਹੜੀ ਪਹਿਲੀ ਸੰਗਠਿਤ ਸ਼ੁਰੂਆਤੀ ਬਚਪਨ ਵਿਦਿਆਕ ਹੈ ਦੇਖੋ ਦੋ ਹੀ ਕੁਐਸਚਨ ਨੇ ਲੇਕਿਨ ਦੋ ਹੀ ਆਪਸ਼ਨ ਨੇ ਇਹਨਾਂ ਨੇ ਆ ਬੋਥ ਏ ਐਂਡ ਬੀ ਨਨ ਆਫ ਥੀਸ ਇਹ ਨਾਰਮਲੀ ਰੋਂਗ ਬੰਦੇ ਨੇ ਅਸੀਂ ਜਾਣਦੇ ਹਾਂ ਕਿ ਕਿੰਡਰ ਕੇਜੀ ਹਾਂ ਨਾ ਮੇਰਾ ਬੱਚਾ ਐਲकेजी ਚ ਹੈ ਲੋਅਰ ਕੇਜੀ ਚ ਹੈ ਅਪਰ ਕੇਜੀ ਚ ਹੈ ਕੇਜੀ ਕਿੱਥੋਂ ਆਇਆ ਫਰੋਬਲ ਦਾ ਕਨਸੈਪਟ ਸੀ ਕਿੰਡਰਗਾਰਟਨ ਕਿੰਡਰਗਾਰਟਨ ਮਤਲਬ ਸਕੂਲ ਨੂੰ ਉਸਨੇ ਗਾਰਡਨ ਕਿਹਾ ਸੀ ਸਕੂਲ ਗਾਰਡਨ ਵਿੱਚ ਕੌਣ ਹੁੰਦਾ ਮਾਲੀ ਮਾਲੀ ਕਿਸ ਨੂੰ ਟੀਚਰ ਨੂੰ ਕਹਿੰਦਾ ਔਰ ਬੱਚੇ ਕੀ ਕਹਿੰਦਾ ਪਲਾਂਟਸ ਜਿਹੜੇ ਆ ਇਹ ਉਹਨਾਂ ਦੀ ਫਿਲਾਸਫੀ ਸੀ ਇਹ ਰਾਈਟ ਆਨਸਰ ਇਸਦਾ ਹੈ ਜਿਹੜਾ ਦਿੱਤਾ ਗਿਆ ਹੈ ओके okay. uh, 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 ए मोंटेसरी भी चाइल्ड सेंटर्ड थी लेकिन उसने साइंटिफिक ये फिलोसोफर्स की फिलॉसफी पहला आई है हैना ਸੋ ਜਿਹੜਾ ਉਹਨਾਂ ਨੇ ਉੱਤਰ ਦਿੱਤਾ ਹੈ ਇਸ ਕੁਐਸਚਨ ਤੇ ਡਿਬੇਟ ਬਹੁਤ ਰਹੀ ਹੈ ਇਹ ਡਿਬੇਟ ਨਾਲੋਂ ਹੈ ਕਿ ਕੁਐਸਚਨ ਅੱਗੇ ਜਲਦੀ ਜਾਇਆ ਜਾਵੇ ਆਪਣੀ એનર્ਜੀ ਉੱਥੇ ਖਰਾਬ ਨੀ ਕਰਨੀ ਆਊਟ ਆਫ ਦੀ ਫਾਲੋਇੰਗ ਵਿਚ ਫਾਰ ਸਕੂਲ ਸਪੋਰਟ ਪ੍ਰੋਗਰੈਸਿਵ ਐਜੂਕੇਸ਼ਨ ਹੁਣ ਪ੍ਰੋਗਰੈਸਿਵ ਐਜੂਕੇਸ਼ਨ ਮੈਨੂੰ ਸਿਰਫ ਇਨਾ ਪਤਾ ਹੈ ਕਿ ਪ੍ਰੋਗਰੈਸਿਵ ਐਜੂਕੇਸ਼ਨ ਜਿਹੜੀ ਹੈ ਉਹ ਰੀਅਲ ਐਕਸਪੀਰੀਅੰਸ ਤੇ ਜ਼ੋਰ ਦਿੰਦੀ ਹੈ ਕਿਉਂਕਿ ਕਨਸਟਰਕਟਿਵਿਜ਼ਮ ਹੀ ਹੈ ਉਹ ਲਰਨਿੰਗ ਬਾਈ ਡੂਇੰਗ ਲਰਨਿੰਗ ਬਾਈ ਡੂਇੰਗ ਤੇ ਜ਼ੋਰ ਦਿੰਦੀ ਹੈ ਡੂਇੰਗ ਓਕੇ ਉਹ ਰਿਫਲੈਕਸ਼ਨ ਤੇ ਜ਼ੋਰ ਦਿੰਦੀ ਹੈ ਸੋਚਣਾ ਹੈ ਡੂਇੰਗ ਤੇ ਰਿਫਲੈਕਸ਼ਨ ਜਿਹੜੀਆਂ ਅਗਲਾਂ ਪਿੱਛੇ ਦੱਸ ਕੇ ਆਇਆ ਹਾਂ ਐਕਸਪੀਰੀਅੰਸ ਤੇ ਰੀਅਲ ਸਿਚੁਏਸ਼ਨ ਤੇ ਇਹਦੇ ਵਿੱਚ ਇੱਕ ਹੀ ਸ਼ਬਦ ਹੈ ਮੈਨੂੰ ਲੱਗਾ ਕਿ ਜਿਹੜਾ ਲੈਬ ਹੈ ਲੈਬ ਜਿਹੜਾ ਹੈ ਇਹਦੇ ਚ ਐਕਸਪੀਰੀਅੰਸ ਵੀ ਦਿੰਨੇ ਆ ਲਰਨਿੰਗ ਡੂਇੰਗ ਕਰਕੇ ਵੀ ਦੇਖਦੇ ਆ ਤੇ ਉੱਤੇ ਉਹਨੂੰ ਸੋਚਣਾ ਵੀ ਪੈਂਦਾ ਹੈ ਸੋ ਦੈਟ ਇਜ਼ ਵਾਈ ਇਹਦੇ ਬੇਸ ਤੇ ਮੈਂ ਸੋ ਏਦਾਂ ਵੀ ਹੈ ਕਿ ਤੁਹਾਨੂੰ ਨੌਲੇਜ ਨਹੀਂ ਹੈ ਤੁਸੀਂ ਇੱਕ ਨਾਲ ਜਿਹੜਾ ਜਿਹੜਾ ਟਰਮ ਦਾ ਮੀਨਿੰਗ ਮਾੜਾ ਜਾਂ ਪਤਾ ਹੈ ਉਸ ਤੋਂ ਅੰਦਾਜ਼ਾ ਲਗਾ ਲਿਆ ਕਿ ਕਿਹੜਾ ਰਾਈਟ ਆਨਸਰ ਹੋ ਸਕਦਾ ਹੈ ਉਹ ਤਰ੍ਹਾਂ ਵੀ ਤੁਸੀਂ ਸੋਚ ਸਕਦੇ ਆਂ ਇਹ ਵੈਸੇ ਆਪਸ਼ਨ ਨਹੀਂ ਗਲਤ ਹੈ ਪਬਲਿਕ ਤੇ ਕਾਮਨ ਵੈਸੇ ਮਿਲ ਰਹੇ ਨੇ 21 ਸ਼ਬਦ ਜਿਹੜਾ ਇਸ ਚ ਸਿੱਧਾ ਆਨਸਰ ਬਣ ਰਿਹਾ ਹੈ ਚਿਲਡਰਨ ਹੈਵ ਡਿਫਿਕਲਟੀ ਇਨ ਰੀਡਿੰਗ ਡਿਊ ਟੂ ਵਿਜ਼ੂਅਲ ਡਿਫੈਕਟ ਆਡੀਟਰੀ ਡਿਫੈਕਟ ਲੈਕ ਆਫ ਇੰਟਰਸਟ ਰੀਡਿੰਗ ਡਿਫਿਕਲਟੀ ਹੈ ਨਾ ਹਾਂ ਮੇਰੀ ਅੱਖਾਂ ਨਹੀਂ ਕੰਮ ਕਰਦੀਆਂ ਰੀਡ ਨਹੀਂ ਹੋਏਗਾ ਆਡੀਟਰੀ ਡਿਫੈਕਟ ਜਾਂ ਹਾਂ ਕਿ ਜਿਹੜਾ ਹੈ ਇੱਕ ਥਿਊਰੀ ਕਹਿ ਰਹੀ ਹੈ ਕਿ ਜਿਤੋਂ ਨਹੀਂ ਆ ਸਹੀ ਤਰ੍ਹਾਂ ਨਹੀਂ ਜਾਣ ਗਿਆ ਤੋ ਲਿਖੀ ਹੋਈ ਨਾ ਮੈਚ ਨਹੀਂ ਕਰ ਸਕਦੇ ਹੈਨਾ ਇੰਟਰਸਟ ਮੇਰਾ ਨਹੀਂ ਹੈ ਤੇ ਮੈਂ ਰੀਡਿੰਗ ਮੇਰੀ ਮੈਂ ਅਚੀ ਤਰ੍ਹਾਂ ਨਹੀਂ ਕਰਾਂਗਾ ਇਹ ਹੈ 올 ਆਫ दी ਅਬਵ ਨਾਰਮਲੀ ਰਾਈਟ ਆਨਸਰ ਹੁੰਦਾ ਇੱਕ ਨੁਕਤਾ ਹੈ ਵਿਚ ਆਫ ਦੀ ਫੋਲੋਇੰਗ ਇਸ ਨਾਟ ਦਾ ਕੰਡੀਸ਼ਨ ਫਾਰ ਪ੍ਰੋਮੋਟਿੰਗ ਮੋਟੀਵੇਸ਼ਨ ਮੋਟੀਵੇਸ਼ਨ ਹੈ ਮੋਟੀਵੇਸ਼ਨ ਜਦੋਂ ਵੀ ਆਵੇ ਉਦੋਂ ਕੋਈ ਐਕਸ਼ਨ ਕੀਤਾ ਹੈ ਕੋਈ ਵੀ ਐਕਸ਼ਨ ਕਰਦੇ ਆ ਤੁਸੀਂ ਰੀਡ ਕਰ ਰਹੇ ਹੋ ਐਕਸ਼ਨ ਹੈ ਫ੍ਰਿਜ ਵਿੱਚੋਂ ਪਾਣੀ ਲੈਣਗੇ ਐਕਸ਼ਨ ਹੈ ਉਹਦੇ ਪਿੱਛੇ ਕੋਈ ਨੀਡ ਸੀ ਹੈਨਾ ਉਹ ਨੀਡ ਨੂੰ ਸੈਟੀਸਫਾਈ ਕਰਨ ਲਈ ਨੀਡ ਨੂੰ ਸੈਟੀਸਫਾਈ ਕਰਨ ਲਈ ਅਸੀਂ ਐਕਸ਼ਨ ਕਰਦੇ ਆ ਇੱਕ ਫੋਰਸ ਹੈ ਜਿਹੜੀ ਕੰਮ ਕਰਦੀ ਹੈ ਤੁਹਾਡੇ ਐਕਸ਼ਨ ਪਿੱਛੇ ਉਸ ਨੂੰ ਮੋਟੀਵੇਸ਼ਨ ਕਹਿੰਦੇ ਆ ਅਸੀਂ ਐਕਸ਼ਨ ਕਿਦਾਂ ਕਿਦਾਂ ਕਰਦੇ ਆ ਕ੍ਰੀਏਟਿੰਗ ਇੰਟਰਸਟ ਕ੍ਰੀਏਟ ਹੋ ਗਿਆ ਆ ਐਕਸ਼ਨ ਕਰਦੇ ਆ ਡਿਸਕਰੇਜਿੰਗ ਕਿਉਰਿਓਸਿਟੀ ਹਾਈ ਨਹੀਂ ਕਿਉਰਿਓਸਿਟੀ ਦਾ ਨੈਚੁਰਲ ਇੰਟਰਸਟ ਹੈ ਜਿਹੜਾ ਕਿਸੇ ਹਾਈ ਅੱਗੇ ਕੀ ਹੋਇਆ ਅੱਗੇ ਕੀ ਹੋਇਆ ਉਸ ਫਿਲਮ ਚ ਅੱਗੇ ਕੀ ਹੋਇਆ ਕਿਉਰਿਓਸਿਟੀ ਹੈ ਸਟੋਰੀ ਸੁਣਾ ਲਈ ਅੱਧੀ ਛੱਡ ਦਿਓ ਦੇਖੋ ਬੱਚੇ ਕਹਿੰਦੇ ਅੱਗੇ ਕੀ ਹੋਇਆ ਸਰ ਦੱਸੋ ਸੋ ਇੱਥੇ ਡਿਸਕਰੇਜ ਕਰਨਾ ਇਹ ਗਲਤ ਹੈ ਇਹ ਗਲਤ ਹੈ ਮਤਲਬ ਇਹਨਾਂ ਨੇ ਪੁੱਛਿਆ ਕੀ ਹੈ ਪੁੱਛਿਆ ਹੈ ਕਿ ਨਾਟ ਇਟ ਮੀਨਸ ਇਹ ਵਾਲਾ ਬੰਦਾ ਹੈ ਇਹ ਵੀ ਮੋਟੀਵੇਟ ਕਰ ਰਿਹਾ ਹੈ ਡਿਵੈਲਪਿੰਗ ਅਚੀਵਮੈਂਟ ਮੋਟੀਵੇਸ਼ਨ ਬਿਲਕੁਲ ਮੋਟੀਵੇਟ ਕਰ ਰਿਹਾ ਇਨਸੈਂਟਿਵ ਪ੍ਰੋਵਾਈਡ ਕਰਨਾ ਬਿਲਕੁਲ ਕੁਝ ਬੱਚੇ ਨੂੰ ਵਧੀਆ ਦੇ ਰਹੇ ਹੋ ਮੋਟੀਵੇਟ ਹੋਏਗਾ ਸੋ ਇਹ ਇੱਥੇ ਰਾਈਟ ਆਨਸਰ ਹੈ 10 ਕੁਐਸਚਨ ਕਰਦੇ ਆ ਪਾਰਟ 2 ਵਿੱਚ ਅਗਲੇ ਕੁਐਸਚਨ ਲੈ ਕੇ अच्छा ਤੁਸੀਂ ਪਿਛਲੇ ਸਾਲ ਦੇ ਸਾਰੇ ਪੇਪਰ ਖੁਦ ਸੋਲਵ ਕਰਨਾ ਚਾਹੁੰਦੇ ਹੋ ਉਹਦੇ ਲਈ learntoactualize.com ਤੇ ਜਾ ਕੇ ਤੁਸੀਂ 100 ਰੁਪੀ ਦਾ ਸਾਰਾ ਸਾਰੇ ਪੇਪਰ ਪਿਛਲੇ 2011 ਤੋਂ ਲੈ ਕੇ ਹੁਣ ਤੱਕ ਦੇ ਪੇਪਰ 1 ਪੇਪਰ 2 ਦੇ ਅਵੇਲੇਬਲ ਨੇ ਜਿਹਦੇ ਵਿੱਚ ਸੀਡੀਪੀ ਲੈਂਗੁਏਜ 1 ਲੈਂਗੁਏਜ 2 ਸਾਰਾ ਕੁਝ ਸ਼ਾਮਿਲ ਹੈ ਸੋ ਉਹਦੇ ਵਿੱਚ ਲਰਨਿੰਗ ਮੈਨੇਜਮੈਂਟ ਸਿਸਟਮ ਹੈ ਫਾਰ ਇਗਜ਼ਾਮਪਲ ਤੁਹਾਡੇ ਸਾਹਮਣੇ ਡਿਸਪਲੇ ਹੁੰਦਾ ਹੈ ਕੁਐਸਚਨ ਤੁਸੀਂ ਕਲਿੱਕ ਕਰਦੇ ਹੋ ਤੇ ਇਹ ਫੀਡਬੈਕ ਮਿਲ ਜਾਂਦੀ ਹੈ ਕਿ ਇਹ ਰਾਈਟ ਆਨਸਰ ਹੈ ਜਾਂ ਰੋਂਗ ਆਨਸਰ ਹੈ ਸੋ ਐਕਸਰਸਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਉਹ ਲੈ ਸਕਦੇ ਹੋ ਐਸਐਸਟੀ ਦੇ ਕੁਐਸਚਨ ਨਾਲ ਲੈਣੇ ਤਾਂ 150 ਰੁਪਏ ਦਾ ਪੈਕ ਹੈ ਜੇ ஆன்ਲਾਈਨ ਕਲਾਸਿਸ ਲਗਾਨੀਆਂ ਚਾਹੁੰਦੇ ਹੋ ਹਲਕਾ ਜਿਹਾ ਰੱਖਿਆ ਹੈ ਕ੍ਰੈਸ਼ ਕੋਰਸ ਦਾ 600 ਰੁਪਏ ਉਸਦੀ ਫੀਸ ਰੱਖੀ ਹੈ ਇਸ ਤੋਂ ਇਲਾਵਾ ਜਿਹੜੇ ਨੋਟਸ ਮੈਂ ਐਕਸਪਲੇਨ ਕਰਦਾ ਹਾਂ ਇਹ ਤੁਹਾਨੂੰ ਨਾਲ-ਨਾਲ ਅਵੇਲੇਬਲ ਹੋ ਜਾਣਗੇ ਥੈਂਕ ਯੂ